ਜਸਟਿਵ ਦੇਖ ਰਹੇ ਹੋ ਤੁਸੀਂ, ਮੈਂ ਕੇਪੀ ਸਿੰਘ ਤੁਹਾਡਾ ਸਵਾਗਤ ਕਰਦਾ ਹੈ। ਬਠਿੰਡਾ ਹੌਟ ਸੀਟ ਹੈ ਅਤੇ ਇਸ ਹੌਟ ਸੀਟ 'ਤੇ ਇੱਕ ਨਵਾਂ ਚਿਹਰਾ ਅਮਰਿੰਦਰ ਸਿੰਘ ਰਾਜਾਵੜਿੰਗ, ਜਿਹੜੇ ਸਿਆਸਤ ਲਈ ਨਵਾਂ ਚਿਹਰਾ ਨਹੀਂ ਪਰ ਲੋਕ ਸਭਾ ਚੋਣਾਂ ਦੇ ਵਿੱਚ ਇੱਕ ਨਵਾਂ ਚਿਹਰਾ। ਅਮਰਿੰਦਰ ਸਿੰਘ ਰਾਜਾਵੜਿੰਗ ਸਾਡੇ ਨਾਲ ਨੇ। ਅਮਰਿੰਦਰ ਸਾਹਿਬ, ਬਹੁਤ ਸਵਾਗਤ ਹੈ ਤੁਹਾਡਾ। ਮਿਹਰਬਾਨੀ ਕੇਪੀ ਜੀ, ਥੈਂਕ ਯੂ। ਅਮਰਿੰਦਰ ਸਾਹਿਬ, ਕਿੱਡੀ ਕੁ ਮੁਸ਼ਕਲ ਚੁਣੌਤੀ ਹੈ? ਵੈਸੇ ਤਾਂ ਹਰ ਕੈਂਡੀਡੇਟ ਕਹਿੰਦਾ ਮੇਰੇ ਲਈ ਕੋਈ ਮੁਸ਼ਕਲ ਚੁਣੌਤੀ ਨਹੀਂ ਹੈਗੀ। ਮੈਂ ਜਿਹਦੇ ਪਹਿਲੇ ਦਿਨ ਮੈਨੂੰ ਟਿਕਟ ਮਿਲੀ ਹੈ, ਮੈਨੂੰ ਲੱਗਦਾ ਸੀ ਕਿ ਮੁਸ਼ਕਲ ਚੁਣੌਤੀ ਹੈ, ਲੇਕਿਨ ਅੱਜ ਤੁਸੀਂ ਦੇਖਿਆ ਹੋਣਾ ਮੈਂ ਇਹ ਬਾਦਲ ਦਾ ਪਿੰਡ ਹੈ, ਲੰਬੀ ਹਲਕੇ ਦੇ ਪਿੰਡਾਂ 'ਚ ਅੱਜ ਘੁੰਮ ਰਹੇ ਔਰ ਜਿਸ ਤਰ੍ਹਾਂ ਦਾ ਉਤਸ਼ਾਹ ਹੈ, ਲੋਕਾਂ ਨੂੰ ਵਿਆਹ ਜਿੰਨਾ ਚਾਅ ਚੜ੍ਹੇ ਹੋਏ, ਟੈਂਟ ਲਗਾਏ ਜਾ ਰਹੇ ਨੇ, ਝੰਡੇ ਲਗਾਏ ਜਾ ਰਹੇ ਨੇ, ਮੋਟਰਸਾਈਕਲਾਂ 'ਤੇ ਚੜ੍ਹਾ ਕੇ ਨੌਜਵਾਨ ਲੈ ਕੇ ਆ ਰਹੇ ਨੇ। ਮੈਂ ਇਹ ਉਮੀਦ ਨਹੀਂ ਕਰਦਾ ਸੀ ਕਿ ਇਸ ਤਰ੍ਹਾਂ ਦੇ ਹਾਲਾਤ ਲੰਬੀ ਦੇ ਅੰਦਰ ਹੋਣਗੇ। ਲੰਬੀ ਹਲਕਾ ਡਿਸਾਈਡਿੰਗ ਫੈਕਟਰ ਰਹਿੰਦਾ ਹਮੇਸ਼ਾ, ਪਿਛਲੀ ਵਾਰੀ ਤੁਹਾਨੂੰ ਪਤਾ 35,000 ਦਾ ਮਾਰਜਨ ਇੱਥੋਂ ਰਿਹਾ ਸੀਗਾ। ਅਮਰਿੰਦਰ ਸਿੰਘ ਰਾਜਾਵੜਿੰਗ ਨੂੰ ਹੀ ਕਿਉਂ ਚੁਣਿਆ ਗਿਆ ਜਦ ਅਮਰਿੰਦਰ ਸਿੰਘ ਰਾਜਾਵੜਿੰਗ ਨੂੰ ਫਸਾ ਦਿੱਤਾ ਗਿਆ? ਇਹਦਾ ਕਾਂਗਰਸ ਪਾਰਟੀ ਦੇ ਸਾਡੇ ਲੀਡਰ ਸਾਹਿਬਾਨ ਦੱਸ ਸਕਦੇ ਨੇ। ਇਹ ਪੱਤਰਕਾਰ ਪਹਿਲਾਂ ਵੀ ਮੈਨੂੰ ਕਹਿੰਦੇ ਹੁੰਦੇ ਸੀ ਵੀ ਤੁਹਾਨੂੰ ਫਸਾ ਦਿੱਤਾ ਗਿੱਦੜਵੇ ਤੋਂ, ਪਰ ਮੈਂ ਫਸਿਆ ਨਹੀਂ। ਰਾਜੇ ਵੜਿੰਗ ਨੂੰ ਜਿੱਥੇ ਫਸਾ ਦਿੱਤਾ ਜਾਂਦਾ ਉੱਥੇ ਉਹਨੂੰ ਤੈਰ ਕੇ ਨਿਕਲਣਾ ਆਉਂਦਾ ਹੈ, ਹਮੇਸ਼ਾ ਫਸਿਆ ਹਮੇਸ਼ਾ ਕੱਢ ਕੇ ਲਿਆਉਂਦਾ ਕੰਮ। ਇੱਥੇ ਵੀ ਫਸਿਆ ਹੋਇਆ ਰਾਜਾ ਵੜਿੰਗ? ਮੈਂ ਬਿਲਕੁਲ ਨਹੀਂ ਫਸਿਆ। ਮੈਂ ਤੁਹਾਨੂੰ ਦੱਸਿਆ ਕਿ 20 ਤਰੀਕ ਨੂੰ ਮੇਰੀ ਗੱਲ ਨਹੀਂ ਤੁਸੀਂ ਪੂਰੀ ਹੋਣ ਦਿੱਤੀ। ਮੈਂ 20 ਤਰੀਕ ਨੂੰ ਸੋਚਦਾ ਸੀ ਕਿ ਮੈਂ ਔਖੀ ਚੁਣੌਤੀ ਹੈ, ਅੱਜ ਮੈਨੂੰ ਕੋਈ ਔਖੀ ਚੁਣੌਤੀ ਨਹੀਂ ਲੱਗਦੀ। ਅੱਜ ਮੈਨੂੰ ਲੱਗਦਾ ਕਿ ਬਾਬੇ ਦੀ ਇੰਨੀ ਕਿਰਪਾ, ਤੁਸੀਂ ਵੇਖੋਗੇ ਹੈਰਾਨੀਜਨਕ ਨਤੀਜਾ ਆਏਗਾ, ਹੈਰਾਨੀਜਨਕ। ਅਮਰਿੰਦਰ ਸਿੰਘ ਰਾਜਾਵੜਿੰਗ ਨੂੰ ਲੋਕ ਐਂ ਕਹਿੰਦੇ ਆ ਕਿ ਜਗਮੀਤ ਸਿੰਘ ਬਰਾੜ ਵਾਂਗੂ ਉਹ ਬੋਲਦੇ ਆ, ਜਗਮੀਤ ਸਿੰਘ ਬਰਾੜ ਵਾਂਗੂ ਉਹ ਸਪੀਚ ਕਰਦੇ ਆ, ਉਹਨਾਂ ਵਾਂਗੂ ਹੀ ਇਮੋਸ਼ਨਲੀ ਟੱਚ ਵੀ ਕਈ ਦੇ ਜਾਂਦੇ ਆ। ਅਮਰਿੰਦਰ ਸਿੰਘ ਰਾਜਾਵੜਿੰਗ ਨੂੰ ਕੀ ਲੱਗਦਾ, ਜਗਮੀਤ ਸਿੰਘ ਬਰਾੜ ਦਾ ਕੋਈ ਪ੍ਰਭਾਵ ਹੈਗਾ? ਜਗਮੀਤ ਸਿੰਘ ਬਰਾੜ ਨੇ ਆਪਦਾ ਸੁਸਾਈਡ ਕਰ ਲਿਆ। ਜਗਮੀਤ ਸਿੰਘ ਬਰਾੜ ਦੀ ਪਹਿਚਾਣ ਸੀ ਕਿ ਉਹ ਬਾਦਲਾਂ ਨਾਲ ਚੁਣਾਵ ਲੜਦੇ ਸਨ, ਅੱਜ ਉਹਨਾਂ ਬਾਦਲਾਂ ਦੇ ਅੱਗੇ ਸਰੈਂਡਰ ਹੋ ਜਾਣਾ ਤੇ ਉਹਨਾਂ ਦੇ ਸੋਹਲੇ ਗਾਉਣੇ, ਮੈਂ ਸਮਝਦਾ ਕਿ ਇਦੋਂ ਮਾੜੀ ਗੱਲ ਜਗਮੀਤ ਸਿੰਘ ਬਰਾੜ ਵਾਸਤੇ ਹੋ ਨਹੀਂ ਸਕਦੀ ਸੀ। ਅਗਰ ਮੈਂ ਉਹਨਾਂ ਦੀ ਥਾਂ 'ਤੇ ਹੁੰਦਾ ਤੇ ਮੈਂ ਆਪਦੇ ਘਰ ਬਹਿ ਜਾਂਦਾ, ਆਪਦੇ ਘਰ ਗ੍ਰਿਸਤੀ ਵੇਖਦਾ, ਪਰਿਵਾਰ ਵੇਖਦਾ, ਪਰ ਮੈਂ ਕਦੇ ਸਰੈਂਡਰ ਨਹੀਂ ਹੁੰਦਾ ਸੀ। ਬੰਦਾ ਉਹ ਹੈ ਜਿਹੜਾ ਸਰੈਂਡਰ ਨਾ ਹੋਵੇ, ਬੰਦੇ ਨੂੰ ਉਹਨੂੰ ਯਾਦ ਰੱਖਦਾ। ਤੁਹਾਡੇ ਤੇ ਕੋਈ ਪ੍ਰਭਾਵ ਹੈਗਾ ਜਗਮੀਤ ਸਿੰਘ ਬਰਾੜ ਦਾ? ਤੁਹਾਡੀ ਸ਼ੈਲੀ ਹੈ, ਲੋਕ ਆਮ ਚਰਚਾ ਕਰਦੇ ਆ, ਮੈਂ ਹੁਣ ਸੱਤਾਂ 'ਚ ਵੀ ਮਿਲਿਆ ਜਿੱਥੇ ਤੁਸੀਂ ਕਹਿ ਰਹੇ ਹੋ ਮੈਂ ਪ੍ਰਚਾਰ ਕਰਕੇ ਆਇਆ, ਉੱਥੇ ਲੋਕ ਆਮ ਗੱਲਾਂ ਕਰਦੇ ਆ। ਤੁਹਾਨੂੰ ਲੱਗਦਾ ਹੋਏਗਾ ਪ੍ਰਭਾਵ ਹੈਗਾ, ਮੈਂ 2 ਵਾਰੀ MLA ਬਣੇ, ਸਰਦਾਰ ਜਗਮੀਤ ਸਿੰਘ ਬਰਾੜ 2 ਵਾਰੀ MP ਬਣੇ, 1 ਵਾਰੀ ਬਾਈਕਾਟ 'ਚ ਬਣੇ। ਮੈਂ ਉਹਨਾਂ ਨੂੰ ਚੰਗਾ ਸਮਝਦਾ ਸੀ, ਚੰਗੇ ਇਨਸਾਨ ਸਮਝਦਾ ਸੀ, ਐਜ਼ ਏ ਮੈਨ ਉਹ ਚੰਗੇ ਲੋਕ ਲੱਗਦੇ ਸਨ, ਲੇਕਿਨ ਜਿਸ ਤਰ੍ਹਾਂ ਦੇ ਉਹਨਾਂ ਨੇ ਕੰਮ ਕੀਤਾ, ਮੈਨੂੰ ਲੱਗਦਾ ਕਿ ਐਸਾ ਕਾਇਰਾਂ ਵਾਲਾ ਕੰਮ ਕੀਤਾ ਕਿ ਮਾਫ਼ ਨਹੀਂ ਕੀਤਾ ਜਾ ਸਕਦਾ। ਜਗਮੀਤ ਸਿੰਘ ਬਰਾੜ ਇਕੱਲੇ ਸੀ ਜਿਨ੍ਹਾਂ ਨੇ ਬਾਦਲ ਪਰਿਵਾਰ ਦੇ ਖਿਲਾਫ਼ ਟੱਕਰ ਲੜੀ ਅਤੇ ਟੱਕਰ ਲਈ ਅਤੇ ਉਹ ਜਿੱਤੇ ਵੀ, ਦੂਜਾ ਨਾਮ ਅਮਰਿੰਦਰ ਸਿੰਘ ਰਾਜਾਵੜਿੰਗ ਦਾ ਹੋ ਸਕਦਾ? ਪਰਮਾਤਮਾ ਚਾਹੁੰਦਾ, ਮੈਨੂੰ ਲੱਗਦਾ ਕਿ ਚੰਗੇ ਦਿਨ ਆਉਣ ਵਾਲੇ, ਮੈਨੂੰ ਲੱਗਦਾ ਕਿ ਪਰਮਾਤਮਾ ਕਿਰਪਾ ਕਰਨ ਵਾਲਾ। ਅਮਰਿੰਦਰ ਸਿੰਘ ਰਾਜਾਵੜਿੰਗ ਨੂੰ ਐਂ ਕਿਉਂ ਲੱਗਦਾ ਕਿ ਲੋਕ ਜਿਹੜੇ ਇਕੱਠਾਂ 'ਚ ਸ਼ਾਮਿਲ ਹੁੰਦੇ ਉਹ ਵੋਟਾਂ ਵਿੱਚ ਵੀ ਬਦਲ ਜਾਂਦੇ ਆ? ਤੁਹਾਨੂੰ ਕੀ ਲੱਗਦਾ, ਜਿਹੜਾ ਇਕੱਠ ਨਾ ਹੁੰਦਾ ਹੋਵੇ, ਜਿਹਦੇ ਕੋਲ ਇਕੱਠ 'ਚ ਨਾ ਆਉਣ, ਫਿਰ ਉਹ ਘਰੇ ਬੈਠੇ ਵੋਟਾਂ ਪਾ ਦਿੰਦੇ? ਇਕੱਠ ਤਾਂ ਮੌਸਮ ਤੋਂ ਪਤਾ ਲੱਗਦਾ ਹੈ, ਮੌਸਮ ਬੱਦਲ ਆਏ ਹੋਣ ਤਾਂ ਅੰਦਾਜ਼ਾ ਲਾ ਜਾਂਦਾ ਕਿ ਬਾਰਿਸ਼ ਹੋਣ ਵਾਲੀ ਹੈ। ਅਗਰ ਲੰਬੀ ਦੇ ਅੰਦਰ ਇਕੱਠ ਹੋ ਰਹੇ ਨੇ, ਪਬਲਿਕ 'ਤੇ ਝੰਡੇ ਡੰਡੇ ਲੋਕ ਲਾ ਰਹੇ ਨੇ, ਉਸ ਟੈਰਰ ਦੇ ਵਿੱਚ ਜਿੱਥੇ 60 ਸਾਲ ਬਾਦਲ ਨੇ ਰਾਜ ਕੀਤਾ, ਇੰਨੇ ਡਰ ਦੇ ਬਾਵਜੂਦ ਜਿੱਥੇ ਦਿਆਲ ਸਿੰਘ ਕੋਣੇ ਅਰਗੀ ਵਾਲੇ ਗੁੰਡੇ ਬੈਠੇ ਨੇ, ਫਿਰ ਵੀ ਝੰਡੇ ਡੰਡੇ ਲਾ ਕੇ ਲੋਕ ਸਵਾਗਤ ਕਰ ਰਹੇ ਨੇ, ਅੰਦਾਜ਼ਾ ਲਗਾਇਆ ਜਾ ਸਕਦਾ ਜਦੋਂ ਠੰਡੀ ਹਵਾ ਆਉਂਦੀ ਹੈ ਕਿ ਬਾਰਿਸ਼ ਹੋਣ ਵਾਲੀ ਹੈ। ਮਨਪ੍ਰੀਤ ਸਿੰਘ ਬਾਦਲ ਦੇ ਖਿਲਾਫ਼ ਤੁਸੀਂ ਚੋਣਾਂ ਲੜੇ, ਜਿੱਤੇ, ਵੱਡਾ ਕਿਲਾ ਤੁਸੀਂ ਢਾਇਆ ਸੀਗਾ। ਅਮਰਿੰਦਰ ਸਿੰਘ ਰਾਜਾਵੜਿੰਗ ਨੇ ਕਾਂਗਰਸ ਨੂੰ ਉਹ ਮਜ਼ਬੂਤੀ ਦਿੱਤੀ ਸੀ ਜਿਹੜਾ ਕਾਂਗਰਸ ਨੇ ਦਹਾਕਿਆਂ ਤੱਕ ਨਹੀਂ ਸੋਚਿਆ ਸੀਗਾ, ਅਤੇ ਹੁਣ ਅਮਰਿੰਦਰ ਸਿੰਘ ਰਾਜਾਵੜਿੰਗ ਨੂੰ ਇਉਂ ਲੱਗਦਾ ਕਿ ਮਨਪ੍ਰੀਤ ਬਾਦਲ ਉਹਨਾਂ ਦੀ ਦਿਲੋਂ ਮਦਦ ਕਰ ਰਹੇ ਆ। ਵੈਸੇ ਉਹਨਾਂ ਨੇ ਕਿਹਾ ਸੀ ਇੱਕ ਸਪੀਚ ਦੇ ਵਿੱਚ, ਜੇ ਕੈਂਡੀਡੇਟ ਹਾਰੂਗਾ ਤਾਂ ਮੈਂ ਮਰੂੰਗਾ। ਐਸੀ ਕੋਈ ਗੱਲ ਨਹੀਂ ਹੈ, ਸਰਦਾਰ ਮਨਪ੍ਰੀਤ ਸਿੰਘ ਬਾਦਲ ਜੀ ਨਾਲ ਬਿਲਕੁਲ ਚੁਣਾਵ ਮੈਂ ਲੜਿਆ, ਲੇਕਿਨ ਅੱਜ ਜੋ ਮਨਪ੍ਰੀਤ ਸਿੰਘ ਬਾਦਲ ਮੇਰੇ ਵਾਸਤੇ ਕਰ ਰਹੇ ਨੇ, ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਇਸ ਤਰ੍ਹਾਂ ਮੈਨੂੰ ਪਿਆਰ ਦੇਣਗੇ ਔਰ ਇਸ ਤਰ੍ਹਾਂ ਮੇਰੀ ਮਦਦ ਕਰਨਗੇ, ਵੱਡੇ ਭਰਾਵਾਂ ਨਾਲੋਂ ਵੀ ਵੱਧ। ਮੈਂ ਸਮਝਦਾ ਕਿ ਸਾਰਾ ਪਰਿਵਾਰ ਅਤੇ ਸਾਰਾ ਟੱਬਰ ਅੱਜ ਇਕਮੁੱਠ ਹੋ ਕੇ ਰਾਜੇ ਵੜਿੰਗ ਦੀ ਲੜਾਈ ਲੜ ਰਹੇ। ਤੁਹਾਡੀ ਟੱਕਰ ਸਿਰਫ ਬਾਦਲ ਪਰਿਵਾਰ ਨਾਲ, ਸੁਖਪਾਲ ਸਿੰਘ ਖਹਿਰਾ, ਪ੍ਰੋਫੈਸਰ ਬਲਜਿੰਦਰ ਕੌਰ, ਕੋਈ ਮੁਕਾਬਲਾ ਨਹੀਂ ਹੈ? ਮੈਨੂੰ ਲੱਗਦਾ ਬਾਦਲ ਪਰਿਵਾਰ ਨਾਲ ਵੀ ਕੋਈ ਟੱਕਰ ਨਹੀਂ ਹੈ, ਸੱਚ ਜਾਣਿਓ। ਤੁਹਾਨੂੰ ਲੱਗਦਾ ਕਿ ਆਮ ਮੈਂ ਲੀਡਰ ਕਹਿ ਦਿੰਦੇ ਹੈ, ਮੈਂ ਤੁਹਾਨੂੰ ਕਿਹਾ ਕਿ ਮੈਨੂੰ 20 ਤਰੀਕ ਨੂੰ ਲੱਗਦਾ ਸੀ, 5 ਦਿਨ ਲੱਗਦਾ ਰਿਹਾ, ਹਰਸਿਮਰਤ ਕੌਰ ਬਾਦਲ ਜੀ ਨੂੰ ਵੀ ਲੱਗਦਾ ਰਿਹਾ। ਤੁਸੀਂ ਅੰਦਾਜ਼ਾ ਲਾ ਲਓ
ਕਿ ਸਰਦਾਰ ਬਾਦਲ ਇੱਥੇ ਹੈ, ਮਜੀਠਾ ਅੰਮ੍ਰਿਤਸਰ ਛੱਡ ਕੇ ਇੱਥੇ ਬੈਠਾ ਵੀ ਹੈ, ਸਿੱਖੋ ਮਲੂਕਾ, ਹੁਣ ਹਰਸਿਮਰਤ ਕੌਰ ਬਾਦਲ ਜੀ ਨੇ ਆਪਦੀ ਬੇਟੀ ਨੂੰ ਵੀ ਉਤਾਰਤਾ ਚੁਣਾਵ ਮੈਦਾਨ ਦੇ ਵਿੱਚ, ਬੇਟਾ ਵੀ ਚੁਣਾਵ ਮੈਦਾਨ ਦੇ ਅੰਦਰ ਹੈ, ਔਰ ਅੱਜ ਨਰਿੰਦਰ ਸਿੰਘ ਮੋਦੀ ਆ ਰਹੇ, ਨਰਿੰਦਰ ਮੋਦੀ ਆ ਰਿਹਾ, ਸਨੀ ਦਿਓਲ ਆ ਰਿਹਾ, ਇਹਦੀ ਕੀ ਜ਼ਰੂਰਤ ਪੈ ਗਈ? ਇਹ ਜ਼ਰੂਰਤ ਪੈ ਗਈ ਕਿ ਉਹਨਾਂ ਨੂੰ ਪਤਾ ਲੱਗ ਗਿਆ ਕਿ ਕੰਮ ਖਰਾਬ ਹੈ, ਕਿਵੇਂ ਨਾ ਕਿਵੇਂ ਮੈਨੇਜ ਕੀਤਾ ਜਾਵੇ, ਨਹੀਂ ਤਾਂ ਚਾਹੀਦਾ ਸੀ ਕਿ ਨਰਿੰਦਰ ਮੋਦੀ ਜੀ ਕਿਸੇ ਹੋਰ ਕੌਂਸਟੀਚੁਐਂਸੀ ਚ ਜਾ ਕੇ ਪ੍ਰਚਾਰ ਕਰਦੇ, ਇੱਥੇ ਤਾਂ ਬਾਦਲਾਂ ਦਾ ਗੜ ਹੈ, ਇੱਥੇ ਜੇ ਪ੍ਰਚਾਰ ਕਰਨ ਵਾਸਤੇ ਉਹਨਾਂ ਨੂੰ ਜ਼ਰੂਰਤ ਪੈ ਗਈ ਐਕਟਰਾਂ ਦੀ ਅਤੇ ਨਰਿੰਦਰ ਮੋਦੀ ਜੀ ਅਤੇ ਬੱਚਿਆਂ ਦੀ, ਤਾਂ ਸਮਝ ਲਓ ਗੜਬੜ ਹੈਗੀ। ਤੁਹਾਨੂੰ ਲੱਗਦਾ ਕਿ ਬਾਦਲ ਪ੍ਰੋਗਰਾਮ ਤੁਸੀਂ ਬੰਨ ਕੇ ਰੱਖ ਲਿਆ ਇੱਥੇ, ਬਾਹਰ ਨਹੀਂ ਜਾਣ ਦੇ ਰਹੇ? ਮੈਂ ਤਾਂ ਕੌਣ ਹੈ ਜੀ ਬੰਨ ਕੇ ਰੱਖਣ ਵਾਲਾ, ਪਰ ਜਨਤਾ ਨੇ ਬੰਨ ਕੇ ਰੱਖ ਲਿਆ, ਲੰਬੀ ਦੇ ਲੋਕ ਆਣੇ, ਬਠਿੰਡੇ ਦੇ ਲੋਕ ਆਣੇ, ਕਿਉਂਕਿ ਲੋਕ ਅਸਲੀਅਤ ਜਾਣਦੇ ਬਾਦਲ ਪਰਿਵਾਰ ਦੀ ਕਿ ਇਹਨਾਂ ਨੇ ਸਾਨੂੰ 60 ਸਾਲ ਲੁੱਟਿਆ, ਕਦੇ ਕਿਸੇ ਦਾ ਕੋਈ ਕੰਮ ਨਹੀਂ ਕੀਤਾ, ਔਰ ਇਹਨਾਂ ਲੋਕਾਂ ਨੇ ਕੇਵਲ ਆਪਦੇ ਪਰਿਵਾਰ ਨੂੰ ਉੱਚਾ ਚੁੱਕਣ ਤੋਂ ਬਿਨਾਂ ਕੋਈ ਹੋਰ ਕਿਸੇ ਦਾ ਕੋਈ ਕੰਮ ਨਹੀਂ ਕੀਤਾ। ਮੈਂ ਤੁਹਾਡੇ ਭਾਸ਼ਣ ਸੁਣ ਰਿਹਾ ਸੀਗਾ, ਮੈਂ ਸਵੇਰ ਤੋਂ ਜਿੱਥੇ ਤੁਸੀਂ ਪਿੰਡਾਂ 'ਚ ਜਾ ਰਹੇ ਹੋ, ਰਾਏ ਵੜਿੰਗ ਜਾਣ ਬੁੱਝ ਕੇ ਇੱਦਾਂ ਦੇ ਬਿਆਨ ਦਿੰਦੇ ਆ ਜਾਂ ਨਿਕਲ ਜਾਂਦੇ ਆ? ਜਿਵੇਂ ਪਹਿਲਾਂ ਵੀ ਤੁਹਾਡੇ ਹਨੂੰਮਾਨ ਚਾਲੀਸਾ ਬਾਰੇ ਆਇਆ, ਉਦੋਂ ਵੀ ਤੁਹਾਡਾ ਵਿਵਾਦ ਹੋ ਗਿਆ, ਹੁਣ ਹਿੰਦੂਆਂ 'ਤੇ ਤੁਸੀਂ ਇੱਕ ਟਿੱਪਣੀ ਕੀਤੀ, ਉਹਨਾਂ 'ਤੇ ਵਿਵਾਦ ਹੋ ਗਿਆ, ਕਿ ਜਾਂ ਸਿਰਫ ਸਿਆਸੀ ਵਿਵਾਦ ਜਾਂ ਰਾਜਾ ਵੜਿੰਗ ਖੁਦ ਚਾਹੁੰਦੇ ਆ ਕਿਹੋ ਜਿਹੇ ਵਿਵਾਦ ਹੋਣ, ਤੁਹਾਡੀ ਪਬਲਿਸਿਟੀ ਮਿਲਦੀ ਆ? ਮੈਂ ਇਸ ਤਰ੍ਹਾਂ ਦਾ ਕੁਝ ਨਹੀਂ ਕਰਦਾ, ਇਹ ਸਾਰੇ ਦਾ ਸਾਰਾ ਸ਼ੜਯੰਤਰ ਮੀਡੀਆ ਦੇ ਕੁਝ ਲੋਕ। ਬਿਲਕੁਲ ਮੈਂ ਕਦੇ ਹਨੂੰਮਾਨ ਜੀ ਦੇ ਖਿਲਾਫ਼ ਨਹੀਂ ਬੋਲਿਆ, ਹਨੂੰਮਾਨ ਜੀ ਸਾਡੇ ਗੁਰੂ ਹੈ, ਅਸੀਂ ਉਹਨਾਂ ਨੂੰ ਮੰਨਦੇ ਹਾਂ, ਸ਼ਰਧਾ ਦੇ ਨਾਲ ਜਾਂਦੇ ਹਾਂ, ਕਈ ਵਾਰੀ ਅਸੀਂ ਸਲਾਸਰ ਜਾ ਕੇ ਮੱਥਾ ਟੇਕ ਕੇ ਆਏ। ਬਿਲਕੁਲ ਮੈਂ ਕਿਸੇ ਕੋਈ ਹਿੰਦੂ ਨੂੰ ਕੋਈ ਐਸੀ ਗੱਲ ਨਹੀਂ ਕਹੀ, ਕੀ ਮੈਂ ਕਿਹਾ ਹਿੰਦੂ ਨੂੰ ਦੱਸੋ? ਮੈਂ ਬਿਲਕੁਲ ਕਦੇ ਭਾਈਚਾਰਕ ਸਾਂਝ ਨੂੰ ਤੋੜਨਾ ਨਹੀਂ ਚਾਹੁੰਦਾ। ਮੈਂ ਹਮੇਸ਼ਾ ਕਹਿਣਾ, ਨਾ ਅਸੀਂ ਹਿੰਦੂ ਹੈ, ਨਾ ਅਸੀਂ ਸਿੱਖ ਹੈ, ਨਾ ਅਸੀਂ ਮੁਸਲਮਾਨ ਹੈ, ਨਾ ਅਸੀਂ ਈਸਾਈ ਹੈ, ਨਾ ਅਸੀਂ ਦਲਿਤ ਹੈ, ਸਭ ਤੋਂ ਪਹਿਲਾਂ ਅਸੀਂ ਹਿੰਦੁਸਤਾਨੀ ਹੈ ਅਤੇ ਸਾਡੇ ਖੂਨ ਦਾ ਰੰਗ ਲਾਲ ਹੈ, ਅਸੀਂ ਦੇਸ਼ ਵਾਸਤੇ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ, ਭਾਈਚਾਰਾ ਜ਼ਿਆਦਾ ਵੱਡੀ ਗੱਲ ਹੈ। ਤੁਸੀਂ ਰਾਜਸਥਾਨ ਦੇ ਵਿੱਚ ਬਿਆਨ ਦਿੰਦੇ ਹੋ, ਤੁਸੀਂ ਆਓ ਤੁਹਾਡੀ ਸੇਵਾ ਕਰਾਂਗੇ, ਖੰਘ ਦੀ ਦਵਾਈ ਤੁਸੀਂ ਗੱਲ ਕਰਦੇ ਹੋ, ਤੁਹਾਡੇ ਇਹੋ ਜਿਹੇ ਬਿਆਨ ਬਹੁਤ ਜ਼ਿਆਦਾ ਪ੍ਰਚਲਿਤ ਹੋ ਰਹੇ ਹੈ, ਤੁਸੀਂ ਹੁਣੇ ਸੁਣਿਆ ਸੀ ਚੈਨਲ ਦਾ ਰੌਲਾ ਨਹੀਂ ਹੈਗਾ, ਸੋਸ਼ਲ ਮੀਡੀਆ ਤੇ ਤੁਹਾਡੇ ਖਿਲਾਫ ਬੜੀ ਮੁਹਿੰਮ ਚੱਲਦੀ ਹੈ? ਇੱਥੇ ਮੇਰੇ ਖਿਲਾਫ਼ ਸੋਸ਼ਲ ਮੀਡੀਆ ਦੀ ਕੋਈ ਮੁਹਿੰਮ ਨਹੀਂ ਚੱਲਦੀ, ਅਗਰ ਤੁਸੀਂ ਮੇਰਾ ਲਾਈਵ ਦੇਖੋਗੇ ਇੱਕ ਕਮੈਂਟ ਮੇਰੇ ਖਿਲਾਫ਼ ਆਏਗਾ, 100 ਕਮੈਂਟ ਮੇਰੇ ਹੱਕ 'ਚ ਆਉਣਗੇ। ਔਰ ਜਿਹੜੀ ਗੱਲ ਤੁਸੀਂ ਕਹਿੰਦੇ ਹੋ, ਮੈਂ ਅੱਜ ਕਹਿ ਕੇ ਆਇਆ ਕਿ ਸ਼ਰਾਬ ਨਾ ਪੀਓ, ਮੈਂ ਸ਼ਰਾਬ ਨਹੀਂ ਪੀਂਦਾ, ਉਹ ਇੱਕ ਮਜ਼ਾਕੀਆ ਤੌਰ 'ਤੇ ਇੱਕ ਕੰਪੇਨ ਦੇ ਅੰਦਰ ਇਹ ਗੱਲ ਕਹੀ ਗਈ। ਮੈਂ ਉਹਨਾਂ ਨੂੰ ਆਖਿਆ ਕਿ 1 MLA ਦੇ ਨਾਲ 1 MLA ਮੁਫ਼ਤ ਮਿਲੇਗਾ, ਅਗਰ ਤੁਸੀਂ ਮੈਨੂੰ ਇਸ ਬੰਦੇ ਨੂੰ ਚੁਣ ਕੇ ਭੇਜਦੇ ਹੋ, ਤੁਹਾਡੀ ਸੇਵਾ ਹੋਇਆ ਕਰੇਗੀ, ਚਾਹ ਪਿਆਵਾਂਗੇ, ਪਕੌੜੇ ਖਵਾਵਾਂਗੇ, ਗੁਲਾਬ ਜਾਮਣ ਖਵਾਵਾਂਗੇ। ਇੱਕ ਬੰਦਾ ਥੱਲਿਓਂ ਬੋਲਿਆ ਕਿ ਬਾਈ ਜੀ ਅਸੀਂ ਸ਼ਾਮ ਨੂੰ ਆਵਾਂਗੇ, ਅਤੇ ਫਿਰ ਮੈਂ ਕਿਹਾ ਸ਼ਾਮ ਨੂੰ ਆਵਾਂਗੇ ਅਤੇ ਖਾਂਸੀ ਦੀ ਦਵਾਈ ਵੀ ਦੇਵਾਂਗੇ। ਮੈਂ ਮੁੱਕਰਿਆ ਨਹੀਂ, ਇਹ ਸਾਰੀ ਦੁਨੀਆ ਪੀਂਦੀ ਹੈ ਸ਼ਰਾਬ, ਅਗਰ ਮੈਂ ਪੀਂਦਾ ਹੋਵਾਂ ਜਾਂ ਪਿਲਾਉਂਦਾ ਹੋਵਾਂ ਮੈਨੂੰ ਕੋਈ ਲੁੱਕ ਨਹੀਂ ਹੈ, ਅਗਰ ਮੇਰੇ ਘਰੇ ਕੋਈ ਆ ਕੇ ਮੰਗੇ ਕਿ ਮੈਂ ਸ਼ਰਾਬ ਪੀਣੀ ਹੈ, ਮੈਂ ਪਿਲਾ ਦੇਣਾ। ਰਾਜਾ ਵੜਿੰਗ ਡਬਲ ਸਟੈਂਡਰਡ ਨਹੀਂ ਹੈ। ਇੱਕ ਬੜੀ ਅੱਛੀ ਗੱਲ ਤੁਹਾਡੇ 'ਚ, ਤੁਹਾਡੇ ਨਾਲ ਦੇ ਵੀ ਗੱਲਾਂ ਕਰਦੇ ਆ, ਮੈਂ ਹੁਣ ਵੀ ਉਹਨਾਂ ਨੂੰ ਮਿਲਿਆ ਸੀਗਾ, ਉਹ ਗੱਲ ਕਹਿੰਦੇ ਵੀ ਰਾਜਾ ਵੜਿੰਗ ਤੋਂ ਜੇ ਗਲਤੀ ਵੀ ਹੋਈ ਅਗਲੇ ਦਿਨ ਸੋਰੀ ਫੀਲ ਕਰ ਲੈਂਦੇ ਆ, ਤੇ ਗਲਤੀ ਹੋਈ ਕਿਉਂ ਰਹੀ ਹੈ? ਕਿਹੜੀ ਗਲਤੀ ਹੋ ਰਹੀ ਹੈ? ਜਿਹੜੇ ਵਿਰੋਧੀ ਮੁੱਦਾ ਚੱਕ ਰਿਹਾ ਕਿ ਰਾਜਾ ਵੜਿੰਗ ਮੇਰੇ ਤੋਂ ਗਲਤੀ ਨਹੀਂ, ਮੇਰੇ ਤੋਂ ਗਲਤੀ ਨਹੀਂ ਹੋ ਰਹੀ, ਅਗਰ ਗਲਤੀ ਹੋਏਗੀ ਤਾਂ ਮੈਂ ਮਾਫ਼ੀ ਮੰਗ ਲਵਾਂਗਾ, ਮੇਰੇ ਕੋਲ ਬਿਲਕੁਲ ਗਲਤੀ ਨਹੀਂ ਹੋ ਰਹੀ, ਬਿਲਕੁਲ ਮੈਂ ਕੁਛ ਨਹੀਂ ਕਿਹਾ। ਮੈਂ ਕਿਹਾ 1992 ਦੇ ਅੰਦਰ ਅੱਤਵਾਦ ਦਾ ਜ਼ੋਰ ਸੀ, ਕੁਝ ਸ਼ਰਾਰਤੀ ਅਨਸਰ ਸਿੱਖਾਂ ਅਤੇ ਹਿੰਦੂਆਂ ਨੂੰ ਮਾਰ ਦਿਆ ਕਰਦੇ ਸਨ, ਕੁਝ ਸ਼ਰਾਰਤੀ ਲੋਕ, ਇਹ ਨਹੀਂ ਵੀ ਇਕੱਲੇ ਹਿੰਦੂ ਮਰਦੇ ਸਨ, ਸਿੱਖਾਂ ਨੂੰ ਵੀ ਮਾਰਿਆ ਜਾਂਦਾ ਸੀ। ਸੋ ਉਹਨਾਂ ਸ਼ਰਾਰਤੀ ਅਨਸਰਾਂ ਨੂੰ ਜਦੋਂ ਨੱਥ ਪਾਉਣ ਦਾ ਵੇਲਾ ਆਇਆ ਸੀ, ਉਦੋਂ ਬਾਦਲ ਵਾਲੇ ਅਮਰੀਕਾ ਭੱਜ ਗਏ ਸਨ, ਇਹ ਸੁਖਬੀਰ ਸਿੰਘ ਬਾਦਲ ਅਤੇ ਬਾਦਲ ਸਾਹਿਬ ਹੋਮ ਅਰੈਸਟ ਹੋ ਗਏ ਸਨ। ਉਹਨਾਂ ਲੋਕਾਂ ਨੇ, ਅੱਤਵਾਦੀਆਂ ਨੇ ਕਿਹਾ ਕਈਆਂ ਨੇ ਕਿ ਅਗਰ ਤੁਸੀਂ ਚੁਣਾਵ ਲੜੋਗੇ ਤਾਂ ਤੁਹਾਨੂੰ ਗੋਲੀ ਮਾਰ ਦਿੱਤੀ ਜਾਊਗੀ। ਕਾਂਗਰਸ ਦੇ ਲੋਕਾਂ ਨੇ ਚੁਣਾਵ ਲੜਿਆ, ਅਕਾਲੀਆਂ ਨੇ ਬਾਈਕਆਊਟ ਕੀਤਾ, ਇਹ ਭੱਜ ਗਏ ਜਦੋਂ ਪੰਜਾਬ ਜਲ ਰਿਹਾ ਸੀ, ਅੱਗ ਲੱਗੀ ਸੀ ਪੰਜਾਬ 'ਚ, ਉਦੋਂ ਇਹ ਲੋਕ ਭੱਜ ਗਏ ਔਰ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਔਰ ਹੱਸਦਾ ਵੱਸਦਾ ਪੰਜਾਬ ਮੁੜ ਵਾਪਸ ਲਿਆ ਕੇ ਦਿੱਤਾ। ਮੈਂ ਇਸ ਗੱਲ 'ਚ ਕੀ ਬੁਰੀ ਗੱਲ ਕਹੀ ਹੈ? ਔਰ ਇਹ ਇਕੱਲਾ ਹਿੰਦੂਆਂ ਨਾਲ ਨਹੀਂ ਹੁੰਦਾ ਸੀ, ਇਹ ਸਿੱਖਾਂ ਨਾਲ ਵੀ ਹੁੰਦਾ ਸੀ, ਇਹ ਦਲਿਤ ਭਰਾਵਾਂ ਨਾਲ ਵੀ ਹੁੰਦਾ ਸੀ, ਪੰਜਾਬੀ ਕਹਿਣ ਦੇ ਸਿੰਪਲ ਭਾਸ਼ਾ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ, ਲੋਕ ਇਹ ਗੱਲ ਸਮਝਦੇ ਆ, ਕੋਈ ਕਿਸੇ ਦੇ ਕਹਿਣ ਨਾਲ ਜੋ ਮੇਰੇ ਮਨ 'ਚ ਆਇਆ ਮੈਂ ਗੱਲ ਕਹੀ, ਚਾਹੇ ਉਹ ਹਿੰਦੂ ਹੈ ਸਿੱਖ ਹੈ, ਹਰ ਬੰਦਾ ਇਹ ਗੱਲ ਸਮਝਦਾ ਹੈ ਕਿ ਇੱਦਾਂ ਹੋਇਆ, ਇਹ ਸੱਚ ਹੈ। ਮੈਂ 92 'ਚ ਛੋਟਾ ਜਿਹਾ ਹੁੰਦਾ ਸੀ, ਉਹ ਦੌਰ ਦੇ ਬਾਰੇ ਜਦੋਂ ਸੁਣਦੇ ਹੈ ਉਦੋਂ ਆਪਦੀ ਰੂਹ ਕੰਬਦੀ ਹੈ। ਕੋਈ ਵੀ ਬੰਦਾ ਹੈ, ਬੇਸ਼ੱਕ ਉਹ ਹਿੰਦੂ ਹੈ ਸਿੱਖ ਹੈ ਦਲਿਤ ਹੈ, ਕਿਸੇ ਨੂੰ ਮਾਰਨ ਦਾ ਕੋਈ ਅਧਿਕਾਰ ਨਹੀਂ ਇਸ ਦੇਸ਼ ਦੇ ਅੰਦਰ, ਬੇਸ਼ੱਕ ਉਹ ਕੋਈ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ ਕਿਹੜੇ ਮੁੱਦਿਆਂ ਤੇ ਚੋਣ ਲੜ ਰਹੇ ਆ? ਮੁੱਦੇ ਹੀ ਮੁੱਦੇ ਨੇ ਮਹਾਰਾਜ,
ਡੀਮੋਨੀਟਾਈਜੇਸ਼ਨ ਇੱਕ ਵੱਡਾ ਮੁੱਦਾ ਸੀ ਨੋਟਬੰਦੀ ਦਾ, ਜੋ ਇਸ ਦੇਸ਼ ਦੀ ਅਰਥ ਵਿਵਸਥਾ ਨੂੰ ਹਿਲਾ ਕੇ ਰੱਖਦਾ। GST ਇੱਕ ਵੱਡਾ ਮੁੱਦਾ ਹੈ ਦੇਸ਼ ਦਾ, ਕਿ ਬਿਨਾਂ ਸੋਚੇ ਸਮਝੇ GST ਲਗਾ ਦਿੱਤਾ ਗਾ। ਅੱਜ ਤੱਕ ਦੁਕਾਨਦਾਰਾਂ ਨੂੰ ਪਤਾ ਵੀ GST ਲਾਗੂ ਕਿੱਦਾਂ ਹੋਏਗੀ। ਵੱਡਾ ਮੁੱਦਾ ਕਿ ਜਿਸ ਤਰ੍ਹਾਂ ਮਹਿੰਗਾਈ ਨੇ ਲੱਕ ਤੋੜਤਾ ਲੋਕਾਂ ਦਾ, ਅੱਜ ਡੀਜ਼ਲ ਦੀਆਂ ਕੀਮਤਾਂ 5 ਸਾਲ ਪਹਿਲਾਂ ਜਦੋਂ ਮਨਮੋਹਨ ਸਿੰਘ ਦੀ ਸਰਕਾਰ ਸੀ ਉਹ 42 ਰੁਪਏ ਹੁੰਦਾ ਸੀ ਡੀਜ਼ਲ, ਅੱਜ 67 ਰੁਪਏ ਡੀਜ਼ਲ ਹੋ ਗਿਆ। 450 ਰੁਪਏ ਦਾ ਗੈਸ ਸਿਲੰਡਰ ਹੁੰਦਾ ਸੀ, ਅੱਜ 850 ਰੁਪਏ ਦਾ ਹੋ ਗਿਆ। ਅੱਜ ਤੋਂ ਪਹਿਲਾਂ ਜੇ ਤੁਸੀਂ ਗੱਲ ਕਰੀਏ DAP ਫਰਟੀਲਾਈਜ਼ਰ ਦੀ, ਆ ਜਿਹੜੀ ਰੇਹ ਹੈ DAP ਦਾ ਗੱਟਾ, ਇਹ ਮੇਰਾ ਖਿਆਲ 500 ਰੁਪਏ ਦਾ ਹੁੰਦਾ ਸੀ, ਅੱਜ 1450 ਦਾ ਹੋ ਗਿਆ। ਤਮਾਮ ਮੁੱਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਦਾ ਮੁੱਦਾ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਦੇਖਦਾ ਪਿਆ। ਜ਼ਿਆਦਾ ਜ਼ਮੀਨ ਤੇ ਗੱਲ ਨਹੀਂ ਹੋ ਰਹੀ, GST ਨੋਟਬੰਦੀ ਜ਼ਿਆਦਾ ਬੇਅਦਬੀ ਦੀ ਮੁੱਦੇ ਗੱਲ ਹੋ ਰਹੀ ਹੈ। 100% ਹੋ ਰਹੀ ਹੈ, ਪੈਨਸ਼ਨਾਂ ਦੀ ਗੱਲ ਹੋ ਰਹੀ ਹੈ, ਸ਼ਗਨ ਸਕੀਮਾਂ ਦੀ ਗੱਲ ਹੋ ਰਹੀ ਹੈ, ਨਵੀਂ ਨਿਆਏ ਜਿਹੜੀ ਅਸੀਂ ਸਕੀਮ ਲੈ ਕੇ ਆ ਰਹੇ ਹਾਂ ਉਹਦੀ ਗੱਲ ਹੋ ਰਹੀ ਹੈ। ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਆਫਕੋਰਸ ਸਾਰੇ ਮੁੱਦਿਆਂ ਨਾਲੋਂ ਵੱਡਾ ਮੁੱਦਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਸਾਡਾ ਪਿਓ ਦੀ ਗੱਲ ਹੋ ਰਹੀ ਹੈ, ਇਹ ਆਮ ਗੱਲ ਨਹੀਂ ਹੈ। ਹੁਣ ਤੁਸੀਂ ਕਹੋਗੇ GST ਦਾ ਮੁੱਦਾ ਤੇ ਗੁਰੂ ਗ੍ਰੰਥ ਸਾਹਿਬ ਦੇ ਮੁੱਦੇ ਨੂੰ ਇੱਕ ਮਿਲਾ ਦਿਓਗੇ ਤਾਂ ਨਹੀਂ ਮਿਲਣਗੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਬੜੀ ਮੁਸ਼ਕਿਲ ਨਾਲ ਸਾਡੇ ਸਿੱਖਾਂ ਨੂੰ ਉਹ ਪ੍ਰਾਪਤ ਹੋਏ, ਔਰ ਗੁਰੂ ਸਾਨੂੰ ਕਹਿ ਗਏ ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ। ਉਹ ਪ੍ਰਗਟ ਗੁਰਾਂ ਕੀ ਦੇਹ ਹੈ, 200 ਤੋਂ ਵੱਧ ਵਾਰ ਬਾਦਲ ਸਾਹਿਬ ਸਿੱਖ ਹੁੰਦੇ ਸੀ, ਇਹਨਾਂ ਦੇ ਕਾਰਿਆਕਾਲ 'ਚ 200 ਤੋਂ ਵੱਧ ਵਾਰ ਮੇਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ ਪਾੜ ਪਾੜ ਕੇ ਰੂੜੀਆਂ 'ਤੇ ਸਿੱਟੇ ਗਏ ਅਤੇ ਬਾਦਲ ਸਾਹਿਬ ਸੁੱਤੇ ਪਏ ਰਹੇ। ਅੱਜ 2.5 ਸਾਲ ਹੋ ਗਏ ਸਾਡੀ ਸਰਕਾਰ ਬਣੀ ਨੂੰ, ਇੱਕ ਜਗ੍ਹਾ 'ਤੇ ਐਸੀ ਦੁਰਘਟਨਾ ਨਹੀਂ ਹੋਈ, ਇੱਕ ਜਗ੍ਹਾ 'ਤੇ, ਕਿਉਂਕਿ ਅਸੀਂ ਐਲਾਨ ਕੀਤਾ ਹੋਇਆ ਅਗਰ ਕਿਸੇ ਬੰਦੇ ਨੇ ਐਸੀ ਦੁਰਘਟਨਾ ਕਰਨ ਦੀ ਕੋਸ਼ਿਸ਼ ਕੀਤੀ ਉਹਨੂੰ ਫਾਂਸੀ 'ਤੇ ਟੰਗ ਦਿੱਤਾ ਜਾਏਗਾ। ਰਾਜਾ ਬਣਨ ਜੀ, ਤੁਹਾਡੀ ਸਰਕਾਰ ਨੇ ਕੀ ਕਰ ਲਿਆ ਬੇਅਦਬੀ ਦੇ ਮਾਮਲੇ 'ਚ? ਕਿਉਂਕਿ ਆਉਂਦੇ ਕਿਹਾ ਸੀਗਾ ਵੀ ਸਾਡੀ ਸਰਕਾਰ ਪਹਿਲਾਂ ਵੱਡੇ ਸਟੈਪ ਲਊਗੀ, ਜਿਹੜੇ ਦੋਸ਼ੀ ਆ ਉਹਨਾਂ ਨੂੰ ਜੇਲ੍ਹਾਂ 'ਚ ਪਾਇਆ ਜਾਊਗਾ। ਹਾਊਸ ਦੇ ਵਿੱਚ ਤੁਸੀਂ ਵੀ ਬਿਆਨ ਦਿੰਦੇ ਰਹੋ ਰਾਜਾ ਬਣਨ ਜੀ, ਮੈਂ ਹਾਊਸ 'ਚ ਵੀ ਤੁਹਾਡੀ ਕਾਰਵਾਈ ਦੇਖਦਾ ਤੁਹਾਨੂੰ। ਮੈਨੂੰ ਇਉਂ ਲੱਗਦਾ ਸੀਗਾ ਵੀ ਤੁਸੀਂ ਕੈਪਟਨ ਅਮਰਿੰਦਰ ਸਿੰਘ ਤੋਂ ਖੁਦ ਨਾਰਾਜ਼ ਲੱਗਦੇ ਹੋ। ਮੈਂ ਕਦੇ ਕੈਪਟਨ ਅਮਰਿੰਦਰ ਸਿੰਘ ਤੋਂ ਨਾਰਾਜ਼ ਨਹੀਂ ਹਾਂ। ਅਗਰ ਮੈਂ ਨਾਰਾਜ਼ ਹੋਊਂਗਾ ਤਾਂ ਉਹਨਾਂ ਨੂੰ ਮੈਂ ਕਹਿ ਦਿੰਦੇ, ਨਾਰਾਜ਼ਗੀ ਆਪਦੇ ਬਾਪ ਨਾਲ ਵੀ ਹੋ ਜਾਂਦੀ ਹੈ, ਨਾਰਾਜ਼ਗੀ ਆਪਦੀ ਮਾਂ ਨਾਲ ਵੀ ਹੋ ਜਾਂਦੀ ਹੈ, ਭਰਾ ਨਾਲ ਵੀ। ਜਿੱਥੋਂ ਤੱਕ ਤੁਸੀਂ ਗੱਲ ਕਹਿੰਦੇ ਹੋ, ਹਰ ਚੀਜ਼ ਦੇ ਪ੍ਰੂਫ ਤੱਥ ਇਕੱਠੇ ਕਰਨ ਦੀ ਲੋੜ ਹੈ। ਅਗਰ ਮਰਡਰ ਹੋਇਆ ਹੋਵੇ, ਅਗਰ ਕੋਈ ਉਹਦਾ ਗਵਾਹ ਨਾ ਹੋਵੇ, ਤਾਂ ਤੁਹਾਨੂੰ ਪਤਾ ਉਹਨੂੰ ਸਜ਼ਾ ਦਿਵਾਉਣੀ ਕਿੰਨੀ ਮੁਸ਼ਕਿਲ ਹੈ। ਉਹ ਬਰੀ ਹੋ ਜਾਏਗਾ। ਤੱਥ ਇਕੱਠੇ ਕੀਤੇ ਜਾਂਦੇ ਆ। ਪਹਿਲਾਂ ਅਸੀਂ ਕਮਿਸ਼ਨ ਮੁਕਰਰ ਕੀਤਾ, ਕਮਿਸ਼ਨ ਨੇ ਆਪਦੀ ਰਿਪੋਰਟ ਬਣਾਈ, ਫਾਈਂਡਿੰਗਸ ਦਿੱਤੀਆਂ, ਫਿਰ ਉਸ ਕਮਿਸ਼ਨ ਦੇ ਆਧਾਰ 'ਤੇ ਅਸੀਂ ਸਿੱਟ ਬਣਾਈ, ਸਿੱਟ ਨੇ ਆਪਦੀਆਂ ਫਾਈਂਡਿੰਗਸ ਪਾਲੀਆਂ ਅਤੇ ਮੌਕੇ ਦੇ SSP ਨੂੰ ਫੜ ਕੇ 302 ਦਾ ਮੁਕੱਦਮਾ ਦਰਜ ਕਰਕੇ, ਇਹ ਕੋਈ ਛੋਟੀ ਗੱਲ ਨਹੀਂ ਕਿ SSP ਨੂੰ ਅੰਦਰ ਦੇਣਾ, ਫੜ ਕੇ ਅੰਦਰ ਦਿੱਤਾ, ਜਿਹੜਾ ਕਿ ਬਾਦਲ ਸਾਹਿਬ ਨੇ ਕੀਤਾ। ਫਿਰ ਇੱਕ IG ਮੌਜੂਦਾ ਪੰਜਾਬ ਸਰਕਾਰ ਦਾ, ਉਹਨੂੰ ਫੜ ਕੇ ਅੰਦਰ ਦਿੱਤਾ। ਸਿੱਟ ਦੀ ਤਬਦੀਸ਼ ਜਾਰੀ ਹੈ, ਕਿੱਦਾਂ 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 ਸਟੈਪ ਬਾਈ ਸਟੈਪ ਕਿੱਥੇ ਜਾ ਰਹੀ ਹੈ, ਇਹ ਆਉਣ ਵਾਲੇ ਸਮੇਂ 'ਚ ਸਿੱਟ ਹੀ ਦੱਸੇਗੀ। ਲੇਕਿਨ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਬਦਲਾ ਦਿੱਤਾ ਗਿਆ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਕਰਕੇ। ਹਾਲਾਂਕਿ ਅਸੀਂ ਉਹਦੀਆਂ ਲੜਾਈ ਵੀ ਲੜੀ ਕੈਪਟਨ ਮਹਾਰਾਜ ਅਮਰਿੰਦਰ ਸਿੰਘ ਨੇ, ਔਰ ਐਲਾਨ ਵੀ ਕੀਤਾ ਕਿ ਤੁਰੰਤ ਲੇਟ ਰੈਕਸ਼ਨ ਆਇਆ। ਨੋਟ ਐਟ ਆਲ ਔਰ ਇਹ ਗੱਲ ਕਹੀ ਗਈ ਕਿ ਅਸੀਂ ਇਲੈਕਸ਼ਨਾਂ ਤੋਂ ਬਾਅਦ ਦੁਬਾਰਾ ਕੁੰਵਰ ਵਿਜੇ ਪ੍ਰਤਾਪ ਨੂੰ ਉੱਥੇ ਅਪੁਆਇੰਟ ਕਰਾਂਗੇ। ਲੋਕ ਹੁਣ ਪਤਾ ਕੀ ਗੱਲਾਂ ਕਰਨ ਲੱਗ ਪਏ ਰਾਜਾ ਬਣਨ ਜੀ ਸੱਤਾਂ ਦੇ ਵਿੱਚ? ਲੋਕ ਇਹ ਗੱਲਾਂ ਕਰਨ ਲੱਗ ਪਏ ਕਿ ਚੋਣਾਂ ਆਉਂਦੀਆਂ ਤੇ ਕਾਂਗਰਸ ਜੋ ਬੇਅਦਬੀ ਦੇ ਮੁੱਦੇ ਤੇ ਸਿਆਸਤ ਕਰਦੀ ਹੈ, ਵੋਟਾਂ ਲੈਂਦੀ ਹੈ ਤੇ ਬਸ ਬਹਿ ਜਾਂਦੀ ਹੈ। ਕਮਾਲ ਕਰਦੇ ਹੋ ਯਾਰ, ਤੁਹਾਡੇ ਸਾਹਮਣੇ ਫੜ ਕੇ ਅੰਦਰ ਇੱਕ IG ਦਿੱਤਾ, SSP ਦਿੱਤਾ, ਹਜੇ ਸਿੱਟ ਦੀ ਇਨਕੁਆਇਰੀ ਚੱਲੀ ਹੈ। ਚੋਣਾਂ ਕਿੱਥੇ ਆਈਆਂ ਸੀ? ਚੋਣਾਂ ਤਾਂ ਹੋਣਾ ਹੀ ਹੈ ਨਾ ਜੀ। ਚੋਣਾਂ ਦੇ ਮੁੱਦੇ ਨਹੀਂ ਅਸੀਂ ਚੱਕਦੇ, ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਮੁੱਦਾ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਜੀ ਦੀ ਲੜਾਈ ਲੜ ਰਹੇ ਹਾਂ, ਔਰ ਬਿਲਕੁਲ ਐਸਾ ਨਹੀਂ ਹੈ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਤੇ ਹੋ ਕੇ ਰਹੇਗਾ। ਰਾਜਾ ਵੜਿੰਗ ਤੁਹਾਡਾ ਨਾਮ ਹੈ, ਰਾਜੇ ਕਿਸ ਚੀਜ਼ ਦੇ ਹੋ ਤੁਸੀਂ? ਇਹ ਤਾਂ ਮੈਨੂੰ ਪਤਾ ਨਹੀਂ, ਮੇਰੀ ਮਾਂ ਨੇ ਵਿਚਾਰੀ ਨੇ ਮੇਰਾ ਨਾਮ ਰਾਜਾ ਰੱਖਤਾ। ਰਾਜਾ ਮਹਾਰਾਜਾ ਤਾਂ ਕੋਈ ਹੈ ਨਹੀਂ, ਮੈਂ ਤਾਂ ਸੇਵਾਦਾਰ ਹਾਂ ਲੋਕਾਂ ਦਾ, ਔਰ ਲੋਕਾਂ ਨੂੰ ਪਤਾ ਹੈ ਇਸ ਗੱਲ ਦਾ ਕਿ ਕਿੱਦਾਂ ਲੋਕ ਮੈਨੂੰ ਪਿਆਰ ਕਰਦੇ ਹੈ, ਜੱਫੀਆਂ ਪਾਉਂਦੇ, ਉਹ ਮਾਵਾਂ, ਗਰੀਬ ਮਾਵਾਂ ਜਿਨ੍ਹਾਂ ਨੇ ਮੈਨੂੰ ਆਸ਼ੀਰਵਾਦ ਦੇ ਦੇ ਕੇ ਇੱਥੋਂ ਤੱਕ ਪਹੁੰਚਾਇਆ। ਸੋ ਮੈਂ ਤਾਂ ਲੋਕਾਂ ਨੂੰ ਪਿਆਰ ਕਰਦੇ, ਲੋਕਾਂ ਦਾ ਸੇਵਾਦਾਰ ਹੈ। ਅਮਰਿੰਦਰ, ਕੈਪਟਨ ਅਮਰਿੰਦਰ ਸਿੰਘ ਤੇ ਅਮਰਿੰਦਰ ਸਿੰਘ ਰਾਜਾ ਬਣੇ, ਦੋਨਾਂ ਦੇ ਸੁਪਨਿਆਂ 'ਚ ਫਰਕ ਹੈਗਾ ਕੋਈ? ਹੁਣ ਮੈਨੂੰ ਪਤਾ ਨਹੀਂ ਕੈਪਟਨ ਅਮਰਿੰਦਰ ਸਿੰਘ ਦੇ ਸੁਪਨੇ ਕੀ ਹਨ। ਤੁਹਾਨੂੰ ਪਤਾ ਹੋਊਗਾ ਤੁਸੀਂ ਉਹਨਾਂ ਦੇ ਨਾਲ। ਨਹੀਂ, ਮੈਨੂੰ ਸੁਪਨੇ ਤਾਂ ਉਹੀ ਦੱਸ ਸਕਦੇ ਨੇ ਕਿ ਉਹਨਾਂ ਦੇ ਸੁਪਨੇ ਕੀ ਨੇ, ਬਟ ਹਾਂ ਮੈਨੂੰ ਲੱਗਦਾ ਕੈਪਟਨ ਅਮਰਿੰਦਰ ਸਿੰਘ ਇੱਕ ਚਾਹੁੰਦੇ ਨੇ ਕਿ ਮੇਰਾ ਪੰਜਾਬ No. 1 ਸੂਬਾ ਦੇਸ਼ ਦਾ ਬਣੇ, ਮੇਰੇ ਪੰਜਾਬ ਦੇ ਲੋਕ ਹੱਸਦੇ ਵੱਸਦੇ ਰਹਿਣ, ਖੁਸ਼ੀਆਂ ਖੇੜੇ ਇਹਨਾਂ ਦੇ ਘਰੇ ਆਉਂਦੇ ਰਹਿਣ, ਇਹਦਾ ਸਾਡੇ ਪੰਜਾਬ ਦੇ ਕਿਸਾਨ ਅਤੇ ਮਜ਼ਦੂਰ ਤਰੱਕੀ ਕਰਨ ਅਤੇ ਮੇਰਾ ਪੰਜਾਬ ਤਰੱਕੀ ਕਰੇ। ਮੈਨੂੰ ਲੱਗਦਾ ਹਰ ਇੱਕ ਪੋਲੀਟੀਸ਼ੀਅਨ, ਜਿਹੜਾ ਚੰਗਾ ਪੋਲੀਟੀਸ਼ੀਅਨ ਹੈ, ਲੀਡਰ ਹੈ, ਉਹ ਇਹੀ ਕਾਮਨਾ ਕਰਦਾ।
ਰਾਜਾ ਵੜਿੰਗ ਨੇ ਜਿਹੜੇ ਸੁਪਨੇ ਦੇਖੇ ਸੀਗੇ ਵੀ ਸਾਡੀ ਸਰਕਾਰ ਆਊਗੀ, ਅਸੀਂ ਆਹ ਕਰਾਂਗੇ ਲੋਕਾਂ ਦੇ ਲਈ, ਤੇ ਰਾਜਾ ਵੜਿੰਗ ਨੂੰ ਜਦੋਂ 7 ਜਿਹੇ ਸਵਾਲ ਕੀਤੇ ਜਾਂਦੇ ਆ, ਰਾਜਾ ਵੜਿੰਗ ਨੂੰ ਉਦੋਂ ਲੱਗਦਾ ਕਿ ਰਾਜਾ ਵੜਿੰਗ ਦੇ ਜਿਹੜੇ ਸੁਪਨੇ ਸੀਗੇ ਉਹ ਸਾਕਾਰ ਹੋ ਨਹੀਂ ਪਾ ਰਹੇ? ਮੈਨੂੰ ਲੱਗਦਾ ਹੀ ਨਹੀਂ ਕਦੇ ਕਿਸੇ ਨੇ ਸਵਾਲ ਕੀਤਾ ਔਰ ਇਸ ਸਵਾਲ ਦਾ ਜਵਾਬ ਦੇ ਕੇ ਉਹਨੂੰ ਸੈਟੀਸਫਾਈਡ ਕਰਕੇ ਤੋਰੇ ਜਵਾਬ। ਨਹੀਂ ਨਹੀਂ, ਹਰ ਵਾਰੀ ਜਵਾਬ ਦੇਈਦਾ ਹੈ, ਹਰ ਚੀਜ਼ ਦਾ ਜਵਾਬ ਹੈ। ਯੂ ਕੈਨ ਆਸਕ ਮੀ ਐਨੀ ਕੁਐਸਚਨ, ਹਰ ਚੀਜ਼ ਤੇ ਤੁਹਾਨੂੰ ਇੱਕ ਤਸੱਲੀ ਬਖਸ਼ ਜਵਾਬ ਦੇਵਾਂਗੇ ਕਿ ਆਹ ਚੀਜ਼ ਕਿਉਂ ਨਹੀਂ ਹੋਈ। ਪਰ ਜਿੰਨੇ ਜੋ ਬੈਸਟ ਕਰ ਸਕਦੀ ਸੀ ਸਰਕਾਰ, ਉਹ ਮੈਨੂੰ ਲੱਗਦਾ ਸਰਕਾਰ ਨੇ 2 ਸਾਲਾਂ ਦੇ ਕਾਰਜਕਾਲ 'ਚ 2,08,000 ਤੋਂ ਕਰੋੜ ਰੁਪਏ ਤੋਂ ਵੱਧ ਦਾ ਪੰਜਾਬ ਦੇ ਸਿਰ ਕਰਜ਼ੇ ਤੋਂ ਬਾਅਦ ਜੋ ਬੈਸਟ ਕਰ ਸਕਦੀ ਸੀ ਉਹ ਪੰਜਾਬ ਸਰਕਾਰ ਨੇ ਕੀਤਾ। ਮੈਂ ਪੂਰਾ ਸੰਤੁਸ਼ਟ ਹਾਂ। ਜਿਹੜੇ ਇਲਾਕੇ ਦੇ ਵਿੱਚ ਤੁਸੀਂ ਹੋ, ਤੁਹਾਡੇ ਬਾਰੇ ਕਿਹਾ ਜਾਂਦਾ ਕਿ ਤੁਸੀਂ ਥੋੜ੍ਹਾ ਜਿਹਾ ਪਬਲਿਸਿਟੀ ਸਟੰਟ ਵੀ ਕਰਦੇ ਹੋ, ਕਿਸੇ ਪਰਿਵਾਰ ਦੇ ਘਰ ਚਲੇ ਗਏ ਖਾਣਾ ਖਾਣ, ਇਸ ਤੋਂ ਪਹਿਲਾਂ ਤੁਸੀਂ ਰੱਖੜੀ ਵੀ ਬਣਵਾਈ ਹੈ, ਉਸ ਤੋਂ ਬਾਅਦ ਉਹਨਾਂ ਭੈਣਾਂ ਦਾ ਕੁਛ ਨਹੀਂ ਬਣਦਾ ਹੈਗਾ, ਉਸ ਉਹਨਾਂ ਪਰਿਵਾਰਾਂ ਦਾ ਕੁਛ ਨਹੀਂ ਬਣਦਾ ਹੈਗਾ, ਰਾਜਾ ਵੜਿੰਗ ਬਾਅਦ 'ਚ ਗਾਇਬ ਹੋ ਜਾਂਦੇ ਆ, ਤੁਹਾਡੇ ਵਿਰੋਧੀ ਕਹਿ ਰਹੇ? ਇਹ ਪੱਤਰਕਾਰ ਪਤਾ ਨਹੀਂ ਇਹੋ ਜਿਹੇ ਸਵਾਲ ਕਿਉਂ? ਨਹੀਂ ਨਹੀਂ, ਮੇਰਾ ਵਿਰੋਧੀ ਤਾਂ ਯਾਰ, ਵਿਰੋਧੀ ਦਾ ਕੀ ਹੈ, ਵਿਰੋਧੀ ਦਾ ਬਹੁਤ ਕੁਛ ਕਹਿ ਰਹੇ। ਹਰਸਿਮਰਤ ਕੌਰ ਬਾਦਲ ਕਹਿੰਦੀ ਰਾਜਾ ਵੜਿੰਗ ਗੁੰਡਾ ਹੈ, ਮੈਂ ਗੁੰਡਾ? ਡੂ ਯੂ ਥਿੰਕ ਆਈ ਐਮ ਗੁੰਡਾ? ਉਹਨੇ ਬਾਅਦ ਦੇ ਬਿਆਨ 'ਚ ਦਿੱਤਾ, ਮੈਂ ਬੀਬੀ ਜੀ ਕਹਿਣਾ ਉਹਨਾਂ ਨੂੰ, ਹਰਸਿਮਰਤ ਕੌਰ ਬਾਦਲ ਭੈਣ ਜੀ ਕਹਿਣਾ, ਉਹ ਮੈਨੂੰ ਕਹਿੰਦੇ ਕਿ ਰਾਜਾ ਵੜਿੰਗ ਗੁੰਡਾ ਹੈ, ਮੈਂ ਗੁੰਡਾ? ਪਰ ਮੇਰੀ ਤੁਹਾਨੂੰ ਬੇਨਤੀ ਹੈ ਕਿ ਮੈਂ ਪਬਲਿਕ ਸਥਿਤੀ ਸਟੰਟ ਨਹੀਂ ਕਰਦਾ। ਮੇਰੇ ਕਿਸੇ ਘਰੇ ਜਾਣ ਨਾਲ ਉਹਦੀ ਜ਼ਿੰਦਗੀ ਬਦਲ ਨਹੀਂ ਜਾਣੀ। ਮੈਂ ਉਹਨਾਂ ਦੇ ਘਰੇ ਇਸ ਕਰਕੇ ਜਾਂਦਾ ਕਿ ਮੇਰਾ ਮਾਨਸਿਕ ਤੌਰ 'ਤੇ ਮੈਂ ਫਿੱਟ ਰਹਿੰਦਾ। ਉਹ ਇਸ ਕਰਕੇ ਕਿ ਕੱਲ੍ਹ ਨੂੰ ਮੇਰੇ ਘਰੇ ਗਰੀਬ ਆਏ ਤਾਂ ਮੈਂ ਉਹਦੀ ਚੰਗੇ ਤਰੀਕੇ ਨਾਲ ਉਹਦੀ ਗੱਲ ਸੁਣਾ, ਔਰ ਮੇਰੇ 'ਚ ਕੋਈ ਹਉਮੈ ਨਾ ਆ ਜਾਏ, ਮੇਰੇ 'ਚ ਕੋਈ ਆਕੜ ਨਾ ਆ ਜਾਏ, ਮੇਰੇ 'ਚ ਕੋਈ ਮੈਂ ਨਾ ਆ ਜਾਏ। ਇਸ ਕਰਕੇ ਮੈਂ ਗਰੀਬਾਂ ਦੇ ਘਰੇ ਸੁਣਨਾ ਹੈ, ਰੱਖੜੀ ਬਣਾਉਣਾ ਹੈ, ਔਰ ਇਹ 2012 ਤੋਂ ਸਿਲਸਿਲਾ ਚੱਲਦਾ ਆ ਰਿਹਾ ਹੈ। ਔਰ ਗਰੀਬ ਮੇਰੇ ਨਾਲ ਹੋਲੀ ਖੇਡ ਕੇ ਉਹ ਇਹ ਮਹਿਸੂਸ ਕਰਦਾ ਕਿ ਰਾਜਾ ਸਾਡਾ ਹੈ, ਰਾਜਾ ਆਪਦਾ ਹੈ। ਤੋ ਇਸ ਕਰਕੇ ਮੈਂ ਪੁੱਛਿਆ ਸੀ ਲੋਕਾਂ ਨੂੰ, ਕਦੇ ਹਰਸਿਮਰਤ ਕੌਰ ਬਾਦਲ ਨੂੰ ਹੱਥ ਲਾ ਕੇ ਵੇਖਿਆ? ਲੇਡੀਜ਼ ਨੂੰ ਮੈਂ ਪੁੱਛਿਆ, ਕਦੇ ਗਲੇ ਮਿਲ ਕੇ ਵੇਖਿਆ? ਕਹਿੰਦੇ ਨਾ ਭਾਈ, ਅਸੀਂ ਕਿਸੇ ਨੇ ਗਲੇ ਲੱਗੇ। ਮੈਂ ਲੋਕਾਂ ਨੂੰ ਇਹ ਮਹਿਸੂਸ ਕਰਾਉਣਾ ਕਿ ਮੈਂ ਕੋਈ VIP ਨਹੀਂ ਹਾਂ, ਮੈਂ ਕੋਈ ਵੱਡਾ ਬੰਦਾ ਨਹੀਂ ਹੈ। ਮੈਨੂੰ ਤੁਸੀਂ ਜਦੋਂ ਮਰਜ਼ੀ ਮਿਲ ਸਕਦੇ ਹੋ, ਜਦੋਂ ਮਰਜ਼ੀ ਜੱਫੀ ਮਾਰ ਸਕਦੇ ਹੋ, ਕੋਈ ਵੀ ਮੇਰੀ ਬਾਂਹ ਫੜ ਸਕਦਾ ਹੈ, ਔਰ ਗਿੱਦੜਬਾਹ ਦੀਆਂ ਮਾਵਾਂ ਮੇਰੀਆਂ ਗਲਾਂ ਫੜ ਲੈਂਦੀਆਂ ਹੈ। ਸੋ ਇਹ ਗੱਲ ਮਹਿਸੂਸ ਕਰਾਉਣ ਵਾਸਤੇ ਮੈਂ ਗਰੀਬਾਂ ਦੇ ਘਰੇ ਰਹਿੰਦਾ, ਨਾ ਕਿ ਡਰਾਮਾ ਕਰਨ ਵਾਸਤੇ। ਹੋਰ ਵੀ ਲੀਡਰ ਡਰਾਮਾ ਕਰ ਸਕਦੇ, ਉਹਨੂੰ ਕਹੋ ਕਰ ਲਓ, ਰਹਿੰਦੇ ਕਿਉਂ ਨਹੀਂ ਗਰੀਬਾਂ ਦੇ ਘਰੇ? ਸਿਆਸੀ ਗੁਰੂ ਕੌਣ ਹੈ? ਮੇਰਾ ਸਿਆਸੀ ਗੁਰੂ ਕੋਈ ਨਹੀਂ ਹੈ, ਮੇਰਾ ਸਿਆਸੀ ਗੁਰੂ ਗੁਰੂ ਨਾਨਕ ਦੇਵ ਜੀ ਹੈ, ਬਾਬੇ ਦੀ ਕਿਰਪਾ ਦੇ ਨਾਲ। ਮੈਨੂੰ ਸਮਝ ਨਹੀਂ ਸੀ, ਮੈਨੂੰ ਲੱਗਦਾ ਕਿ ਮੈਨੂੰ ਪਤਾ ਹੀ ਨਹੀਂ ਸੀ ਮੈਂ ਇੱਥੋਂ ਤੱਕ ਪਹੁੰਚ ਸਕਦਾ। ਟੂ ਬੀ ਵੈਰੀ ਓਨੈਸਟ, ਵੈਰੀ ਇਮੋਸ਼ਨਲ ਹੋ ਜਾਂਦੇ ਹੋ ਰਾਜਾ ਵੜਿੰਗ। ਮੇਰਾ ਇੱਕ ਸਵਾਲ ਹੈਗਾ, ਗਿੱਦੜਬਾਹ ਦੇ ਲੋਕ ਹੈ ਜਿਹੜੇ ਤੁਹਾਡੇ ਨਾਲ ਦਿਲੋਂ ਜੁੜੇ ਹੋਏ ਆ, ਮੈਂ ਅਕਸਰ ਦੇਖਦਾ ਤੁਹਾਨੂੰ ਉਹਨਾਂ ਨਾਲ ਮਿਲਦਿਆਂ ਹੋਇਆ, ਗਿੱਦੜਬਾਹ ਦੇ ਲੋਕ ਚਾਹੁੰਦੇ ਆ ਕਿ ਰਾਜਾ ਵੜਿੰਗ ਇੱਥੋਂ ਐਮਪੀ ਬਣ ਕੇ ਚਲਾ ਜਾਵੇ ਬਠਿੰਡੇ ਤੋਂ? ਮੈਂ ਗਿੱਦੜਬਾਹ ਕਦੇ ਨਹੀਂ ਛੱਡਾਂਗਾ, ਗਿੱਦੜਬਾਹ ਇੱਥੇ ਰਹੂਗਾ ਆਪਦੇ ਦਿਲ ਦੇ ਨੇੜੇ। ਭਾਵੇਂ ਰਾਜਾ ਵੜਿੰਗ ਭਾਵੇਂ ਅਮਰੀਕਾ ਚਲਾ ਜਾਵੇ, ਕੈਨੇਡਾ ਚਲਾ ਜਾਵੇ, ਗਿੱਦੜਬਾਹ ਇੱਥੇ ਰਹੂਗਾ। ਰਾਜਾ ਵੜਿੰਗ ਦੀ ਧਰਮ ਪਤਨੀ ਉੱਥੇ ਚੋਣ ਲੜਨਗੇ ਜਿੱਤੇ ਜਿੱਤੇ? ਇਹ ਬਾਬੇ ਨਾਨਕ ਨੂੰ ਪਤਾ, ਕੱਲ੍ਹ ਦਾ ਨਹੀਂ ਪਤਾ ਕੀ ਹੋਣਾ, ਪਰ ਇਹ ਬਾਬੇ ਨਾਨਕ ਨੂੰ ਪਤਾ, ਪਰ ਗਿੱਦੜਬਾਹ ਇੱਥੇ ਰਹੂਗਾ। ਵੜਿੰਗ ਪਰਿਵਾਰ ਚਾਹੁੰਦਾ ਕਿ ਤੁਹਾਡੀ ਧਰਮ ਪਤਨੀ ਸਿਆਸਤ? ਮੇਰਾ ਪਰਿਵਾਰ ਮੈਂ ਹੀ, ਵੜਿੰਗ ਪਰਿਵਾਰ ਕੋਈ ਬਾਹਲਾ ਵੱਡਾ ਪਰਿਵਾਰ ਨਹੀਂ, ਮੈਂ, ਮੇਰੀ ਘਰ ਵਾਲੀ ਅਤੇ 2 ਬੱਚੇ। ਸੋ ਫੈਸਲਾ ਇਹ ਗੁਰੂ ਨਾਨਕ ਸਾਹਿਬ ਨੇ ਕਰਨਾ, ਲੋਕਾਂ ਨੇ ਕਰਨਾ, ਪਾਰਟੀ ਨੇ ਕਰਨਾ। ਮੈਂ ਸੈਟਿਸਫਾਈਡ ਹਾਂ, ਮੈਨੂੰ ਜੋ ਰੱਬ ਨੇ ਦਿੱਤਾ। ਮੈਨੂੰ ਰਾਹੁਲ ਗਾਂਧੀ ਜੀ ਨੇ ਇੱਕ ਵਾਰੀ ਪੁੱਛਿਆ ਕਿ ਰਾਜਾ ਆਗੇ ਕਿਆ ਬਣਨਾ ਚਾਹਤੇ ਹੋ? ਮੈਂ ਕਿਹਾ 33.5 ਸਾਲਾਂ ਦੀ ਉਮਰ 'ਚ ਮੈਨੂੰ ਤੁਸੀਂ MLA ਬਣਾਤਾ। ਮੈਂ ਕਦੇ ਸੋਚਦਾ ਸੀ ਕਿ ਵੱਡੀ ਉਮਰ 'ਚ 65 ਸਾਲਾਂ ਦੀ ਉਮਰ 'ਚ ਕਦੇ MLA ਬਣ ਜਾਵਾਂਗਾ, ਅਤੇ ਮੈਂ ਆਪਦੇ ਪੁੱਤ ਪੁੱਤਰਿਆਂ ਨੂੰ ਕਹੂੰਗਾ ਕਿ ਦੇਖੋ ਤੁਹਾਡਾ ਦਾਦਾ MLA ਬਣ ਗਿਆ। 33 ਸਾਲ ਮੈਨੂੰ ਐਡਵਾਂਸ ਕਰਤਾ ਰਾਹੁਲ ਗਾਂਧੀ ਨੇ, ਬਾਣੀ 'ਚ ਲਿਖਿਆ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾਂ ਪੂਰੀਆਂ ਪਰ। ਸਰਦਾਰ ਪ੍ਰਕਾਸ਼ ਸਿੰਘ ਬਾਦਲ 5 ਵਾਰੀ ਪੰਜਾਬ ਦੇ ਮੁੱਖ ਮੰਤਰੀ ਬਣ ਗਏ, ਹਜੇ ਵੀ ਇੱਛਾ ਕਿ ਮੈਂ ਫਿਰ ਬਣ ਜਾਂ। ਮੇਰੀ ਇੱਛਾ ਨਹੀਂ, ਮੇਰੀ ਇੱਕ ਹੀ ਇੱਛਾ, ਅੰਤਿਮ ਇੱਛਾ, ਲਾਸਟ ਇੱਛਾ, ਕਿ ਹਰਸਿਮਰਤ ਕੌਰ ਬਾਦਲ ਨੂੰ, ਜਿਹੜਾ ਕਿ ਦੁਨੀਆਂ ਦਾ ਸਭ ਤੋਂ ਅਮੀਰ ਪੰਜਾਬੀ ਪਰਿਵਾਰ ਸੁਖਬੀਰ ਬਾਦਲ ਦਾ ਪਰਿਵਾਰ, ਉਹਨਾਂ ਦੀ ਧਰਮ ਸੁਪਤਨੀ, ਕੇਂਦਰੀ ਮੰਤਰੀ, ਮਜੀਠਾ ਪਰਿਵਾਰ ਦੀ ਲੜਕੀ, ਉਹਨੂੰ ਹਰਾਉਣ ਦੀ ਮੇਰੀ ਇੱਛਾ ਹੈ। ਇਹ ਤੋਂ ਬਾਅਦ ਕੋਈ ਤਮੰਨਾ ਨਹੀਂ। ਤੁਸੀਂ ਆਪਣੇ ਭਾਸ਼ਣਾਂ ਵਿੱਚ ਵਾਰ ਵਾਰ ਕਹਿੰਦੇ ਹੋ, ਆਪਦੇ ਆਪ ਨੂੰ ਨਿਮਾਣਾ ਤੁਸੀਂ ਕਹਿ ਰਹੇ ਹੋ, ਰਾਜਾ ਵੜਿੰਗ ਬਾਦਲਾਂ ਜਿੰਨੇ ਅਮੀਰ ਤਾਂ ਨਹੀਂ ਹੈਗੇ, ਪਰ ਅਮੀਰ ਤਾਂ ਹੈਗੇ ਨਾ ਬਾਦਲਾਂ ਜਿੰਨੇ? ਮੇਰੇ ਕੋਲ ਜੋ ਵੀ ਕੁਛ ਹੈ, ਅਮੀਰ ਨਹੀਂ ਮੈਂ ਕਹਿ ਸਕਦਾ, ਮੈਂ ਆਮ ਸਧਾਰਨ ਪਰਿਵਾਰ ਦਾ ਮੁੰਡਾ, ਆਮ ਜ਼ਿਮੀਂਦਾਰ ਦਾ ਮੁੰਡਾ। ਮੇਰੇ ਕੋਲ ਜ਼ਮੀਨ ਜਾਇਦਾਦ ਆਪਦੇ ਪਿਓ ਦੀ ਬਣਾਈ ਹੈ, ਜੋ ਮੇਰੇ ਕੋਲ ਜਿੰਨੀ ਜ਼ਮੀਨ ਮੇਰਾ ਪਿਓ ਦੇ ਕੇ ਗਿਆ, 1 ਏਕੜ 'ਚ ਵਾਧਾ ਨਹੀਂ ਹੋਇਆ। ਜੋ ਸਾਡੇ ਕੋਲ ਜਾਇਦਾਦ ਸੀ ਉਹ ਆਪਦੇ ਹੱਥੀਂ ਬਣਾਈ। ਅੱਜ ਮੈਂ ਜੋ ਵੀ ਕਾਰੋਬਾਰ, ਮੇਰਾ ਕੋਈ ਕਾਰੋਬਾਰ ਨਹੀਂ, ਇੱਕ ਛੋਟਾ ਸ਼ੈਲਰ ਹੈ, ਇੱਕ ਅੱਧਾ ਕੋਈ ਹੋਰ ਚੀਜ਼ ਹੈ,
ਸੋ ਅਸੀਂ ਜੋ ਕੀਤਾ ਆਪਦੇ ਕਿਰਤ ਕਮਾਈ ਨਾਲ ਕੀਤਾ। ਕੋਈ ਬੰਦਾ ਸਾਡੇ ਤੇ ਇਲਜ਼ਾਮ ਨਹੀਂ ਲਾ ਸਕਦਾ, ਤੁਸੀਂ ਬਾਦਲਾਂ ਨਾਲ ਇਹ ਮੇਲ ਨਹੀਂ ਕਰ ਸਕਦੇ। 7 ਕਰੋੜ ਰੁਪਏ ਦੇ ਗਹਿਣੇ ਦਾ ਐਫੀਡੇਵਿਟ ਦਿੱਤਾ ਹਰਸਿਮਰਤ ਕੌਰ ਬਾਦਲ ਜੀ ਨੇ, ਕਰੋੜ ਕਰੋੜ ਰੁਪਏ ਦੇ ਘੋੜੇ ਆ ਇਹਨਾਂ ਲੋਕਾਂ ਕੋਲ, ਹੋਟਲ ਸੁਖ ਵਿਲਾਸ ਐਂਡ ਆਲ ਦੈਟ, ਅਸੀਂ ਇਹਨਾਂ ਦੇ ਸਾਹਮਣੇ ਨਿਮਾਣੇ ਹੈ। ਅਸੀਂ ਨਹੀਂ ਲਿਖਿਆ ਕਿਤੇ ਨਿਮਾਣਾ ਹੈ ਮੈਂ, ਬੀਬੀ ਬਾਦਲ ਨੇ ਆਪਦੇ ਪੋਸਟਰਾਂ ਚ ਫਿਰ ਲਿਖਿਆ ਕਿ ਮੈਂ ਨਿਮਾਣੀ ਹੈ। ਮੈਂ ਪੜ੍ਹਿਆ, ਹਾਂ ਪੜ੍ਹਿਆ ਹੋਣਾ ਕਿ ਨਿਮਾਣੀ ਹੈ। ਮੇਰਾ ਰਾਜਾ ਵੜਿੰਗ ਨੇ ਕਿਤੇ ਲਿਖਿਆ ਨਿਮਾਣਾ, ਪਰ ਮੈਂ ਇਹ ਕਹਿਣਾ ਕਿ ਆਮ ਸਰਦਾਰ ਚੌਂਦ ਦੇ ਨਾਲ ਲਿਖਿਆ ਉਹਨਾਂ ਨੇ, ਮੈਂ ਕਿਹਾ ਰਜਵਾੜੇ ਸ਼ਾਹੀ ਦੇ ਖਿਲਾਫ ਲੜਾਈ ਹੈ, ਪਰਿਵਾਰਵਾਦ ਦੇ ਖਿਲਾਫ ਲੜਾਈ ਹੈ, ਉਹਨਾਂ ਸਰਮਾਏਦਾਰਾਂ ਦੇ ਖਿਲਾਫ ਲੜਾਈ ਹੈ। ਮੈਂ ਨਹੀਂ ਕਿਹਾ ਮੈਂ ਗਰੀਬ ਹੈ, ਮੈਂ ਨਹੀਂ ਕਿਹਾ ਮੈਂ ਬਿਲਕੁਲ ਨਾ ਹੋਣਾ, ਮੈਂ ਆਪਦਾ ਗੁਜ਼ਾਰਾ ਮੇਰਾ ਵਧੀਆ। ਮੈਂ ਨਹੀਂ ਕਿਹਾ, ਮੈਂ ਤੁਹਾਡੇ ਸਾਹਮਣੇ ਕਿਹਾ ਮੇਰੀ ਘਰ ਵਾਲੀ ਕੋਲ ਵੀ 25 ਤੋਲੇ ਸੋਨੇ ਦਾ ਐਫੀਡੇਵਿਟ ਦਿੱਤਾ, ਪਰ ਬੀਬੀ ਬਾਦਲ ਕੋਲ 25 ਕਿਲੋ 7 ਕਰੋੜ ਰੁਪਏ ਦੇ ਗਹਿਣੇ। ਸੋ ਅਗਰ ਉਹਨਾਂ ਨਾਲ ਤੁਸੀਂ ਮੁਕਾਬਲਾ ਕਰਦੇ ਹੋ, ਅਸੀਂ ਕਿਤੇ ਵੀ ਸਟੈਂਡ ਹੀ ਨਹੀਂ ਕਰਦੇ। ਰਾਹੁਲ ਗਾਂਧੀ ਪਰ ਮੈਨੂੰ ਪਿਆਰ ਕਰਦਾ ਮੇਰਾ ਬੌਸ, ਔਰ ਕੈਪਟਨ ਅਮਰਿੰਦਰ ਸਿੰਘ ਬਹੁਤ ਪਿਆਰ ਕਰਦੇ। ਮੈਂ ਰਾਹੁਲ ਗਾਂਧੀ ਜੀ ਦਾ ਕਦੇ ਦੇਣਾ ਨਹੀਂ ਦੇ ਸਕਦਾ, ਜੋ ਉਸ ਇਨਸਾਨ ਨੇ ਮੇਰੇ ਲਈ ਕੀਤਾ ਹੈ ਮੈਂ ਭੁੱਲ ਨਹੀਂ ਸਕਦਾ। ਰਾਜ ਵੜਿੰਗ ਦਾ ਦਿਲ ਕਰਦਾ ਸੀਗਾ ਸਟੇਟ ਮਿਨਿਸਟਰੀ ਮਿਲਦੀ, ਦਿਲ ਕਰਦਾ ਸੀ ਮਿਲੀ ਨਹੀਂ, ਮੈਂ ਮੰਗੀ ਨਹੀਂ, ਪਰ ਮੇਰਾ ਦਿਲ ਕਰਦਾ ਸੀ, ਮੈਨੂੰ ਉਮੀਦ ਸੀ ਦੇਣਗੇ, ਨਹੀਂ ਮਿਲੀ। ਕੋਈ ਮਲਾਲ ਨਹੀਂ ਹੈ, ਪਤਾ ਨਹੀਂ ਰੱਬ ਨੇ ਕੀ ਰੱਖਿਆ, ਜੋ ਕਰਦਾ ਚੰਗਾ ਲੱਗਿਆ। ਜੇ ਬੀਬੀ ਹਰਸਿਮਰਤ ਕੌਰ ਨੂੰ ਹਰਾਤਾ ਫਿਰ ਬਠਿੰਡੇ ਦੇ ਲੋਕ ਇਹੀ ਸਵਾਲ ਪੁੱਛਦੇ ਪਏ, ਮੈਂ ਬਠਿੰਡੇ ਦੇ ਲੋਕਾਂ ਦਾ ਸਵਾਲ ਕਰਨਾ ਸੀਗਾ, ਕਹਿ ਰਹੇ ਵੀ ਰਾਜਾ ਵੜਿੰਗ ਨੂੰ ਉੱਥੇ ਕੈਬਨਿਟ 'ਚ ਸ਼ਾਮਿਲ ਕੀਤਾ ਜਾਊਗਾ, ਰਾਹੁਲ ਗਾਂਧੀ ਸ਼ਾਮਿਲ ਕਰਨਗੇ। ਮੈਨੂੰ ਨਹੀਂ ਪਤਾ, ਨਾ ਮੇਰੀ ਕੋਈ ਇੱਛਾ ਕੈਬਨਿਟ ਦੀ, ਮੇਰੀ ਇੱਛਾ ਮੈਂ ਤੁਹਾਨੂੰ ਵਾਰ ਵਾਰ ਕਹਿ ਚੁੱਕੀ, ਇੱਕ ਹੀ ਇੱਛਾ ਹੈ, ਹਰਸਿਮਰਤ ਕੌਰ ਬਾਦਲ ਨੂੰ ਹਰਾਉਣ ਦੀ ਇੱਛਾ, ਦੈਟਸ ਇਟ। ਰਾਜਾ ਵੜਿੰਗ ਦਾ ਸਿਆਸੀ ਕਰੀਅਰ ਹਰਸਿਮਰਤ ਬਾਦਲ ਨੂੰ ਹਰਾਉਣਾ ਹੀ ਹੈ ਸਿਰਫ, ਜਾਂ ਇਸ ਤੋਂ ਅੱਗੇ ਵੀ ਕੁਛ ਹੋਰ ਹੈ? ਸਿਆਸੀ ਕੈਰੀਅਰ ਨਹੀਂ ਮੈਂ ਛੱਡਣਾ, ਮੈਂ ਲੋਕਾਂ ਦੀ ਸੇਵਾ ਕਰਦੇ ਜਾਣਾ ਹੈ, ਕਰਦੇ ਜਾਣਾ ਹੈ। ਜਿੰਨਾ ਚਿਕਰ ਸਰੀਰ 'ਚ ਦਮ ਰਹੇਗਾ, ਖੂਨ ਸਾਹ ਚੱਲਦੇ ਰਹਿਣਗੇ, ਉਹਨਾਂ ਚਿਕਰ ਪੰਜਾਬ ਦੇ ਲੋਕਾਂ ਦੀ, ਗਰੀਬਾਂ ਦੀ, ਮਜ਼ਦੂਰਾਂ ਦੀ, ਕਿਸਾਨਾਂ ਦੀ ਰਾਜਾ ਵੜਿੰਗ ਸੇਵਾ ਕਰਦਾ ਰਹੇਗਾ। ਲੇਕਿਨ ਇਹ ਨਹੀਂ ਗੱਲ ਕਰਦਾ ਕਿ ਅਗਰ ਮੈਨੂੰ ਆਹ ਨਹੀਂ ਮਿਲੇਗਾ ਤਾਂ ਮੈਂ ਆਹ ਨਹੀਂ ਕਰਾਂਗਾ, ਮੈਨੂੰ ਆਹ ਨਹੀਂ ਮਿਲੇਗਾ ਤਾਂ ਮੈਂ ਆਹ ਨਹੀਂ ਕਰਾਂਗਾ। ਰਾਜਾ ਵੜਿੰਗ ਆਪਦੀ ਪੰਜਾਬ ਦੇ ਲੋਕਾਂ ਦੇ ਪਿੱਛੇ ਜਾਨ ਲਾ ਦੇਗਾ, ਲੇਕਿਨ ਕੋਈ ਮੰਗਾਂਗਾ ਨਹੀਂ ਕੋਈ ਚੀਜ਼ ਕਿ ਮੈਨੂੰ ਫਲਾਂ ਚੀਜ਼ ਦਿਓ, ਤਦ ਹੀ ਮੈਂ ਕੰਮ ਕਰੂੰਗਾ। ਲੇਕਿਨ ਜ਼ਰੂਰੀ ਨਹੀਂ ਤੁਹਾਡੇ ਕੋਲ ਅਹੁਦਾ ਹੋਣਾ ਚਾਹੀਦਾ, ਜ਼ਰੂਰੀ ਨਹੀਂ ਤੁਹਾਡੇ ਕੋਲ MP ਸ਼ਿਪ ਹੋਣੀ ਚਾਹੀਦੀ, ਅਗਰ ਤੁਸੀਂ ਸੇਵਾ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ। ਨਾਰਾਜ਼ਗੀ ਜਤਾਈ ਸੀ ਤੁਸੀਂ ਜਦੋਂ ਪੰਜਾਬ ਕੈਬਨਿਟ ਵਿੱਚ ਕੁਝ ਨਹੀਂ ਮਿਲਿਆ, ਲੱਗਦਾ ਮੈਂ ਨਾਰਾਜ਼ਗੀ ਚਿਤਾਉਣਾ ਨੇ, ਮੈਂ ਕਹਿੰਦਾ ਮੈਂ ਕਿਉਂਕਿ ਬੜੇ ਤਰੀਕੇ ਨਾਲ ਤੁਸੀਂ ਨਾਰਾਜ਼ਗੀ ਚਿਤਾਉਂਦੇ ਹੋ, ਰਾਹੁਲ ਤੁਸੀਂ ਟਰਾਂਸਪੋਰਟ ਦਾ ਮਾਮਲਾ ਚੁੱਕਦੇ ਹੋ ਸਦਨ ਦੇ ਵਿੱਚ, ਉਦੋਂ ਬੜੇ ਤਰੀਕੇ ਨਾਲ ਨਾਰਾਜ਼ਗੀ ਚਿਤਾਉਂਦੇ ਹੋ, ਜਦੋਂ ਤੁਸੀਂ ਬੇਅਦਬੀ ਦਾ ਮੁੱਦਾ ਚੱਕਦੇ ਹੋ ਉਦੋਂ ਬੜੇ ਤਰੀਕੇ ਨਾਲ ਨਾਰਾਜ਼ਗੀ ਚਿਤਾਉਂਦੇ ਹੋ। ਕੈਪਟਨ ਅਮਰਿੰਦਰ ਸਿੰਘ ਨੇ ਮੰਚ ਤੇ ਇਹ ਗੱਲ ਕਹੀ ਸਰਦੂਲਗੜ੍ਹ ਕਿ ਰਾਜਾ ਵੜਿੰਗ ਐਸਾ ਬੰਦਾ ਹੈ, ਅਗਰ ਉਹਨੂੰ ਕੋਈ ਸਰਕਾਰ ਦੀ ਗਲਤ ਗੱਲ ਵੀ ਲੱਗੇ ਤਾਂ ਉਹ ਸਾਨੂੰ ਕਹਿ ਦਿੰਦਾ, ਔਰ ਮੈਨੂੰ ਅੱਛਾ ਲੱਗਦਾ ਵਟ ਹੀ ਸੇਜ਼, ਕਿ ਮੈਨੂੰ ਅੱਛਾ ਲੱਗਦਾ ਕਿ ਟੋਕਾ, ਔਰ ਮੈਨੂੰ ਵੀ ਅੱਛਾ ਲੱਗਦਾ ਅਗਰ ਪਰਿਵਾਰ ਦਾ ਕੋਈ ਮੈਂਬਰ ਕਿਤੇ ਗਲਤ ਕੰਮ ਹੋ ਰਿਹਾ, ਅਗਰ ਉਹਨੂੰ ਦੱਸ ਦਿੱਤਾ ਜਾਵੇ, ਹੋ ਸਕਦਾ ਉਹ ਨਹੀਂ ਪਤਾ ਕਿਸੇ ਨੂੰ ਵੱਡੇ ਭਰਾ ਨੂੰ ਵੀ ਆ ਹੋ ਰਿਹਾ, ਤਾਂ ਅਗਰ ਉਹਨੂੰ ਠੀਕ ਕਰ ਲਿਆ ਜਾਵੇ ਤਾਂ ਇਸ ਗੱਲ 'ਚ ਕੋਈ ਮਾੜੀ ਗੱਲ ਨਹੀਂ ਹੈ। ਕ੍ਰਿਟਿਸਿਜ਼ਮ ਅਗਰ ਚੰਗੀ ਥਾਂ ਕਰ ਗੱਲ ਕਰਕੇ ਹੋਵੇ ਤਾਂ ਚੰਗੀ ਗੱਲ ਹੈ, ਕਿ ਆਪਦੀ ਪਾਰਟੀ ਦਾ ਕੋਈ ਗੱਲਬਾਤ ਹੈ, ਕੋਈ ਗਲਤ ਹੋ ਰਿਹਾ, ਉਹਨੂੰ ਠੀਕ ਕਰ ਲੈਣਾ ਬਹੁਤ ਅੱਛੀ ਗੱਲ ਹੈ। ਸੋ ਆਈ ਐਮ ਵੈਰੀ ਮੱਚ ਸੈਟਿਸਫਾਈਡ ਫਰੋਮ ਮਾਈ ਪਾਰਟੀ ਅਤੇ ਕੈਪਟਨ ਅਮਰਿੰਦਰ ਸਿੰਘ, ਔਰ ਅਸੀਂ ਰਲ ਕੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ 'ਤੇ ਲੈ ਕੇ ਜਾਵਾਂਗੇ। ਜਦੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਇਸ ਤਰੀਕੇ ਨਾਲ ਸੋਚਦੇ ਹੈ, ਇੱਕ ਯੂਥ ਹੈ ਜਦੋਂ ਇਸ ਤਰੀਕੇ ਨਾਲ ਸੋਚਦਾ, ਤੁਹਾਡੇ ਜਿਹੜੇ ਸੀਨੀਅਰ ਮੈਂਬਰ ਹੈ ਕਾਂਗਰਸ ਦੇ ਵਿੱਚ, ਉਹ ਰਾਜਾ ਵੜਿੰਗ ਦੀ ਸੋਚ ਦੇ ਨਾਲ ਖੜਦੇ ਆ ਵੀ ਇਹਨੇ ਕ੍ਰਿਟਿਸਿਜ਼ਮ ਕੀਤਾ, ਹੈਲਦੀ ਕ੍ਰਿਟਿਸਿਜ਼ਮ ਕੀਤਾ, ਸਾਨੂੰ ਮੰਨਣਾ ਚਾਹੀਦਾ, ਕੌਣ ਕੌਣ ਖੜਦਾ? ਮੈਨੂੰ ਬ੍ਰਦਰ ਇਮਾਨਦਾਰ ਨਾਲ ਦੱਸੋ ਕੋਈ ਤਾਂ। ਮੈਨੂੰ ਬ੍ਰਦਰ ਕਦੇ ਕਿਸੇ ਨੇ ਰੋਕਿਆ ਨਹੀਂ, ਮੈਂ ਆਪਦੇ ਮਨ ਦੀ ਮਰਜ਼ੀ ਕਰਦਾ, ਜੋ ਮੇਰੇ ਮਨ 'ਚ ਆਉਂਦਾ, ਜੋ ਮੈਂ ਇੱਕ ਆਪਦੇ ਦਿਲ ਦਿਮਾਗ ਤੋਂ ਦਿਲ ਨਾਲ ਗੱਲ ਸੁਣ ਕੇ ਅਤੇ ਰੱਬ ਨਾਲ ਗੱਲ ਕਰਕੇ ਮੈਨੂੰ ਜੋ ਚੰਗਾ ਲੱਗਦਾ ਮੈਂ ਉਹ ਕਰਦਾ, ਔਰ ਇੱਦਾਂ ਹੀ ਸਾਰੀ ਉਮਰ ਕਰਦਾ ਰਹੇਗਾ। ਰਾਜਾ ਵੜਿੰਗ ਜੇ ਮੇਰੇ ਦਿਲ 'ਚ ਕੁਝ ਹੋਰ ਹੈ, ਪਰ ਮੇਰੇ ਤੋਂ ਫਲਾਨਾ ਬੰਦਾ ਕੁਝ ਹੋਰ ਬੁਲਾਉਣਾ ਚਾਹੁੰਦਾ, ਮੈਂ ਨਹੀਂ ਬੋਲਾਂਗਾ, ਮੈਂ ਉਹੀ ਬੋਲਾਂਗਾ ਜੋ ਮੇਰਾ ਦਿਲ ਕਹਿੰਦਾ, ਅਤੇ ਜੋ ਮੇਰਾ ਦਿਲ ਕਹਿੰਦਾ ਬੇਸ਼ੱਕ ਉਹ ਕਿਸੇ ਨੂੰ ਚੰਗਾ ਲੱਗੇ ਮਾੜਾ ਲੱਗੇ ਉਹ ਮੈਂ ਕਹਿੰਦਾ ਰਹਾਂ। ਬਠਿੰਡਾ ਲੜਨ ਦਾ ਫੈਸਲਾ ਰਾਜਾ ਵੜਿੰਗ ਦੀ ਮਰਜ਼ੀ ਸੀ ਜਾਂ ਮਰਜ਼ੀ ਥੋਪੀ ਗਈ? ਮੈਨੂੰ ਰਾਹੁਲ ਗਾਂਧੀ ਜੀ ਦਾ ਫੋਨ ਆਇਆ ਕਿ ਆਪਕੋ ਚੁਣਾਵ ਲੜਨਾ ਲੜਾਨਾ ਹੈ, ਅਤੇ ਸੱਚ ਜਾਣਿਓ ਮੈਨੂੰ ਇੰਨੀ ਖੁਸ਼ੀ ਹੋਈ, ਮੈਂ ਆਪਦੀ ਘਰ ਵਾਲੀ ਨੂੰ ਕਿਹਾ ਕਿ ਚੱਲ ਗੁਰਦੁਆਰੇ ਚੱਲੀਏ ਮੱਥਾ ਟੇਕਿਆਈਏ, ਕਿ ਮੈਨੂੰ ਲੱਗਦਾ ਕਿ ਵਾਰ ਵਾਰ ਇੱਧਰ ਉੱਧਰ ਚੁਣਾਵ ਲੜਨ ਨੂੰ ਅੱਛਾ ਹੈ ਕਿ ਸਿਰੇ ਦਾ ਜਿਹੜਾ ਟੋਪੀ ਵਾਲਾ ਕਿੱਲ ਹੈ ਉਹਨਾਂ ਨਾਲ ਪੰਗਾ ਪੈ ਜਾਏ ਕਿਤੇ ਤਾਂ ਸਵਾਦ ਆ ਜਾਏ, ਅਤੇ ਪਰਮਾਤਮਾ ਨੇ ਉਹ ਗੱਲ ਮੰਨ ਲਈ। ਬਿਲਕੁਲ ਬੇਹੱਦ ਖੁਸ਼ੀ ਹੈ, ਇੱਛਾ ਸੀ, ਔਰ ਬੌਸ ਨੇ ਆਪ ਕਿਹਾ, ਹੋਰ ਵੱਡੀ ਗੱਲ ਬਣ ਗਈ ਇਸ ਗੱਲ। ਮਾਨਸਾ ਦਾ MLA ਤੁਸੀਂ ਸ਼ਾਮਿਲ ਕਰ ਲਿਆ, ਮਾਨਸਾ ਜ਼ਰੂਰਤ ਸੀ ਕਾਂਗਰਸ ਦੀ?
ਕੈਪਟਨ ਬਿਲਕੁਲ, ਜੇ ਕੋਈ ਹੋਰ ਵੀ ਐਮ ਐਲ ਏ ਆਉਂਦੇ ਹੋਣ ਪਾਰਟੀ ਦੇ ਹਮੇਸ਼ਾ ਦਰਵਾਜ਼ੇ ਖੁੱਲ੍ਹੇ ਰਹਿਣੇ ਚਾਹੀਦੇ ਹੈ, ਪਾਰਟੀ ਨੂੰ ਸਦਾ ਵੈਲਕਮ ਕਰਨਾ ਚਾਹੀਦਾ, ਕੋਈ ਵੀ ਸਾਡੇ ਕੋਲ ਆਮ ਵਰਕਰ ਚਾਹੇ ਕੋਈ ਐਮ ਐਲ ਏ ਆ ਚਾਹੇ ਕੋਈ ਹੋਰ ਬੰਦਾ ਆਉਂਦੇ ਰਹਿੰਦੇ। ਤੁਹਾਨੂੰ ਲੱਗਦਾ ਮਜ਼ਬੂਤੀ ਮਿਲੂਗੀ? ਕੋਈ ਵੀ ਬੰਦਾ ਹੁੰਦਾ, ਇੱਕ ਇੱਕ ਦੋ 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 ਗਿਆਰਾਂ, ਮੈਨੂੰ ਲੱਗਦਾ ਕਿ ਕਿਸੇ ਵੀ ਬੰਦੇ ਨਾਲ ਆਉਣ ਦੇ ਨਾਲ ਪਾਰਟੀਆਂ ਨੂੰ ਮਜ਼ਬੂਤੀ ਤਾਂ ਮਿਲਦੀ ਹੈ, ਫਰਕ ਪੈਂਦਾ। ਅਮਰਿੰਦਰ ਸਿੰਘ ਰਾਜਾ ਆਪਣੇ ਬਠਿੰਡਾ ਲਈ ਕੀ ਕਰਨਾ ਚਾਹੁੰਦੇ ਆ ਜੇ ਐਮ ਪੀ ਯੂ ਜਿੱਤ ਗਏ ਤਾਂ? ਇਹ ਤਾਂ ਸਮਾਂ ਦੱਸੇਗਾ ਕਿ ਮੇਰੀ ਇੱਛਾ ਹੈ ਕਿ ਬਠਿੰਡਾ ਪੰਜਾਬ ਦਾ ਨੰਬਰ 1 ਸ਼ਹਿਰ ਬਣਾ ਸਕਾਂ, ਇੱਥੋਂ ਦੇ ਲੋਕ ਇਹ ਗੱਲ ਕਹਿਣ ਕਿ ਬੇਸ਼ੱਕ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਬਹੁਤ ਵੱਡੇ ਸਿਟੀਜ਼ ਹੈ, ਪਰ ਮੈਂ ਇਹ ਚਾਹੁੰਦਾ ਕਿ ਮੈਂ ਪੰਜਾਬ ਦਾ ਨੰਬਰ 1 ਅਗਰ ਕੋਈ ਸਿਟੀ ਬਣੇ ਤਾਂ ਉਹ ਬਠਿੰਡਾ ਬਣੇ, ਉਹ ਕਿਸੇ ਵੀ ਲਿਹਾਜ਼ ਦੇ ਵਿੱਚ ਬਣੇ, ਔਰ ਉਹਦੇ ਪਿੱਛੇ ਮੈਂ ਜੀ ਜਾਨ ਲਾ ਦਿਆਂਗਾ ਆਉਣ ਵਾਲੇ ਸਮੇਂ ਦੇ ਵਿੱਚ। ਬਾਦਲ ਪਰਿਵਾਰ ਇਹ ਕਹਿੰਦਾ ਕਿ ਬਠਿੰਡਾ ਜਿੰਨਾ ਕੰਮ ਅਸੀਂ ਕੀਤਾ ਕੋਈ ਨਹੀਂ ਕਰ ਸਕਦਾ, ਡਿਵੈਲਪਮੈਂਟ ਪੱਖੋਂ ਅਸੀਂ ਬਠਿੰਡਾ ਦਾ ਬਹੁਤ ਅਸੀਂ ਕੰਮ ਕੀਤਾ ਹੈਗਾ। ਤੁਸੀਂ ਗਿਣਾ ਦਿਓ ਕਿ ਬਠਿੰਡਾ ਉਹਨਾਂ ਨੇ ਕੀ ਕੀਤਾ, ਬਾਦਲ ਸਾਹਿਬ ਦੇ ਕਹਿਣ ਨੂੰ ਕੀ ਕਹਿਣਾ? ਉਹ ਤਾਂ ਹਰ ਥਾਂ 'ਤੇ ਕਹਿੰਦੇ ਵੀ ਜੋ ਅਸੀਂ ਕੀਤਾ ਉਹ ਕਿਸੇ ਨੇ ਹੋਰ ਨਹੀਂ ਕੀਤਾ। ਤੁਸੀਂ ਇੱਕ ਕੰਮ ਗਿਣਾ ਦਿਓ ਕਿ ਬਾਦਲ ਵਾਲਿਆਂ ਨੇ ਬਠਿੰਡਾ 'ਚ ਆ ਕੰਮ ਕੀਤਾ। ਤੁਹਾਨੂੰ ਕੋਈ ਕੰਮ ਨਹੀਂ ਲੱਗਦਾ ਬਾਦਲ? ਮੈਂ ਕਿਹਾ ਇੱਕ ਕੰਮ ਗਿਣਾ ਦਿਓ, ਟੈਲ ਮੀ 1। ਕੋਈ ਏਅਰਪੋਰਟ ਨਹੀਂ, ਕੋਈ ਰਿਫਾਈਨਰੀ ਨਹੀਂ, ਕੋਈ ਕੁਛ ਨਹੀਂ। ਰਿਫਾਈਨਰੀ ਕੌਣ ਲੱਗਿਆ ਹੈ? ਇਹ 15 ਸਾਲ ਪਹਿਲਾਂ ਦੀ ਕਿੱਦਾਂ ਗੱਲ ਕਰ ਰਹੇ ਹੋ ਕਿ ਰਿਫਾਈਨਰੀ ਕੌਣ ਲੈ ਕੇ ਆਇਆ? ਉਹ ਤਾਂ ਕਹਿੰਦੇ ਅਸੀਂ ਲੈ ਕੇ ਹਰਚਰਨ ਸਿੰਘ ਬਰਾੜ ਵੇਲੇ ਦਾ ਉਹਨਾਂ ਨੇ ਇਹਨਾਂ ਨੇ ਸਾਈਨ ਕੀਤਾ ਸੀ ਐਮਓਜੀ, ਉਹ ਤੋਂ ਬਾਅਦ ਹੁਣ ਐਕਸਟੈਂਸ਼ਨ ਅਸੀਂ ਕੀਤੀ ਹੈ। ਉਹ ਕਹਿੰਦੇ ਏਮਸ ਲੈ ਕੇ ਆਏ ਅਸੀਂ। ਏਮਸ ਦੀ ਨੀਂਹ ਨਹੀਂ ਰੱਖੀ ਯਾਰ, ਕਿੱਦਾਂ ਗੱਲ ਕਰ ਰਹੇ ਹੋ? ਮੈਂ 5 ਸਾਲਾਂ ਬਾਅਦ ਅਖੀਰਲੇ ਸਾਲ ਸਰਕਾਰ ਜਾਣ ਵੇਲੇ ਮੈਂ ਕੋਈ ਨੀਂਹ ਪੱਥਰ ਰੱਖ ਦਿਆਂ ਤੇ ਮੈਂ ਕਹਾਂ ਮੈਂ ਏਮਸ ਲੈ ਕੇ ਆਇਆ, ਵਾਟ ਇਜ਼ ਦਿਸ? ਤੁਹਾਡਾ ਫਰਜ਼ ਬਣਦਾ ਹੈ, ਮੇਰਾ ਫਰਜ਼ ਬਣਦਾ ਵੀ ਕੋਈ ਕੰਮ ਅੱਜ ਮੈਂ ਗਿੱਦੜਬਾਜ ਕਰਾ ਰਿਹਾ ਉਹਦੀ ਨੀਂਹ ਅੱਜ ਰੱਖਾਂ, ਤੇ 3 ਸਾਲਾਂ ਤੱਕ ਜਦੋਂ ਮੈਂ ਦੁਬਾਰਾ ਇਲੈਕਸ਼ਨ ਲੜਨਾ ਉਹ ਕੰਪਲੀਟ ਹੋਣੀ ਚਾਹੀਦੀ ਹੈ, ਫਿਰ ਕਿਹਾ ਜਾ ਸਕਦਾ ਕਿ ਉਹ ਮੈਂ ਲੈ ਕੇ ਆਇਆ। ਤੁਸੀਂ 10 ਸਾਲ ਟਪਾਤੇ ਸੁੱਤੇ ਰਹੇ ਤੇ ਅਖੀਰਲੇ ਸਾਲ ਆ ਕੇ ਡਰਾਮਾ ਕਰਕੇ ਕਿਸੇ ਨੂੰ ਕਹਿ ਕੇ ਕਿਹਾ ਨੀਂਹ ਰੱਖਤੀ, ਉਹ ਹਜੇ 10-15 ਸਾਲ ਲੱਗ ਜਾਣਗੇ ਏਮਸ ਨੂੰ ਤਿਆਰ ਹੁੰਦੇ, ਤੇ ਕਹਿੰਦੇ ਅਸੀਂ ਏਮਸ ਲੈ ਕੇ ਆਏ। ਸਰਕਾਰ ਅੜਿੱਕਾ ਪਾ ਰਹੀ ਹੈ, ਕਮਾਲ ਹੋ ਗਈ। ਫਿਰ ਉਹਨਾਂ ਨੂੰ ਕਹੋ ਤੁਹਾਡੀ ਸਰਕਾਰ ਸੀ 10 ਸਾਲ ਪਹਿਲਾਂ, ਤੁਸੀਂ ਅੜਿੱਕਾ ਕਿਉਂ ਨਹੀਂ ਕੱਢਿਆ? ਤੁਸੀਂ ਏਮਸ ਬਣਾ ਕੇ ਜਾਂਦੇ, 10 ਸਾਲ ਬਾਦਲ ਰਿਹਾ, 8 ਸਾਲ ਮੈਡਮ ਉਹਦੇ ਨਾਲ ਐਮ ਪੀ ਰਹੀ, ਅੜਿੱਕਾ ਕੀ ਸੀ? ਆਪ ਹੀ ਅੜਿੱਕਾ ਸੀ, 2 ਸਾਲਾਂ ਦੀ ਸਾਡੀ ਸਰਕਾਰ ਹੈ, 10 ਸਾਲ ਕਿਹਨੇ ਅੜਿੱਕਾ ਲਾਇਆ? ਤੁਸੀਂ 10 ਸਾਲ ਸੁੱਤੇ ਰਹੇ, ਉਦੋਂ ਏਮਸ ਦੀ ਯਾਦ ਨਹੀਂ ਆਈ? ਇਹ ਸਭ ਡਰਾਮੇਬਾਜ਼ੀਆਂ ਹੈ। ਉਧਰੋਂ ਸੁਖਬੀਰ ਕਹਿੰਦਾ ਮੈਂ ਸੜਕਾਂ ਬਣਾਈਆਂ, ਬੰਬ ਸੜ ਕੇ ਵੇਖ ਲਓ, ਐਸੀ ਸੜਕ ਬਣਾਈ ਹੈ, ਕਿਹੜੀ ਸੜਕ ਬਣਾਈ ਹੈ ਦੱਸੋ? ਦੈਟ ਇਜ਼ ਅ ਨੈਸ਼ਨਲ ਹਾਈਵੇ, ਕੇਂਦਰ ਸਰਕਾਰਾਂ ਨੇ ਸੜਕਾਂ ਬਣਾਈਆਂ, ਪੂਰੇ ਦੇਸ਼ ਦੇ ਅੰਦਰ ਟੋਲ ਲੱਗਿਆ ਉਹਨਾਂ ਦੇ ਉੱਤੇ, ਪੇਡ ਰੋਡਸ ਹੈ, ਉਹ ਬਾਦਲ ਨੇ ਨਹੀਂ ਬਣਾਈ, ਹੋਰ ਕੀ ਕੰਮ ਹੈ? ਤੁਸੀਂ ਗਿਣਾ ਦਿਓ, ਤੁਸੀਂ ਵੀ ਏਮਸ ਤੇ ਆ ਕੇ ਅਟਕ ਗਏ, ਹੋਰ ਕੀ ਬਣਾਇਆ ਮੈਨੂੰ ਦੱਸੋ? ਮੇਰੇ ਕਹਿਣ ਦਾ ਮਤਲਬ ਇੱਕ ਸਪੋਰਟਸ ਤੁਸੀਂ ਕਰਦੇ, ਗੱਲ ਨਹੀਂ ਕਰਦੇ ਕਾਇੰਡਲੀ ਜਸ ਪੰਜਾਬੀ ਵਾਲਿਆਂ ਨੂੰ ਕਿਰਪਾ ਕਰਕੇ ਦੱਸੋ, ਜਾ ਕੇ ਦੱਸੋ ਕੈਮਰਾ ਲੈ ਕੇ ਕਿ ਕਿਹੜੇ ਸਪੋਰਟਸ ਸਟੇਡੀਅਮ ਦੀ ਉਹ ਗੱਲ ਕਰਦੇ ਆ, ਕਾਇੰਡਲੀ ਸ਼ੋ ਦੈਮ ਕਿ ਆਹ ਸਪੋਰਟਸ ਸਟੇਡੀਅਮ ਇਹਨਾਂ ਨੇ ਬਣਾਇਆ, ਅਸੀਂ ਵੇਖ ਰਹੇ ਹਾਂ ਕਰੋੜਾਂ ਰੁਪਇਆ ਲਾਇਆ, ਇੱਕ ਸਪੋਰਟਸ ਸਟੇਡੀਅਮ ਨਹੀਂ ਬਣਾਇਆ। ਤੁਹਾਨੂੰ ਬਾਦਲ ਪਰਿਵਾਰ ਦੇ ਕੰਮ ਪਸੰਦ ਨਹੀਂ ਹੈਗੇ? ਬਾਦਲ ਪਰਿਵਾਰ ਚ, ਬਾਦਲ ਪਰਿਵਾਰ ਚ ਕੋਈ ਪਸੰਦ ਹੈ? ਕੰਮ ਕੀਤੇ ਉਹ ਦੇਖੋ, ਬੈਂਚ ਰੱਖੇ ਪੀਲੇ ਰੰਗ ਦੇ, ਉਹ ਹਰ ਘਰ ਦੇ ਬਾਹਰ ਚ ਬੈਂਚ ਰੱਖਤਾ, ਜਿਹੜਾ ਕਿ ਜਿਹੜੀ ਕੀਮਤ ਸੀ 2500 ਰੁਪਇਆ ਬਾਜ਼ਾਰ ਚ, ਤੇ 3600 ਰੁਪਏ ਦਾ 1000 ਰੁਪਏ ਇੱਕ ਬੈਂਚ ਚੋਂ ਬਾਦਲ ਸਾਹਿਬ ਹਰਿਆਂ ਨੇ ਕਮਾਇਆ। ਤੁਸੀਂ ਦੇਖ ਲਿਓ ਪਿੰਡ ਪਿੰਡ ਪੀਲੇ ਤੇ ਨੀਲੇ ਰੰਗ ਦੇ ਬੈਂਚ ਪਏ ਆ। ਹੋਰ ਬਾਦਲ ਸਾਹਿਬ ਨੇ ਬੜੇ ਚੰਗੇ ਕੰਮ ਕੀਤੇ, ਕੁੜੀਆਂ ਨੂੰ ਸਾਈਕਲ ਦਿੱਤੇ, ਉਹ ਸਾਈਕਲ ਤੇ ਆਪਦੀ ਫੋਟੋ ਲਾਤੀ, ਪੀਲਾ ਤੇ ਨੀਲੇ ਰੰਗ ਦਾ ਸਾਈਕਲ ਦਿੱਤਾ। ਇੱਕ ਜਹਾਜ਼ ਲਿਆ ਪੰਜਾਬ ਸਰਕਾਰ ਦੇ ਪੈਸਿਆਂ ਦਾ, ਉਹਨੂੰ ਵੀ ਯੈਲੋ ਤੇ ਬਲੂ ਕਲਰ ਕਰਾ ਦਿੱਤਾ ਗਿਆ। ਇਹੋ ਜਿਹੇ ਕੰਮ ਕੀਤੇ ਲੋਕਾਂ ਨੇ, ਜਿਮ ਦਿੱਤੇ ਲੋਕਾਂ ਨੂੰ ਯੈਲੋ ਤੇ ਬਲੂ ਕਲਰ ਦੇ ਰੰਗ ਕਰਾ ਦਿੱਤੇ ਗਏ, ਅਸੀਂ ਸਾਈਕਲ ਦਿੱਤੇ, ਕੋਈ ਫੋਟੋ ਨਹੀਂ ਹੈ, ਪਿੰਕ ਕਲਰ ਦਾ ਸਾਈਕਲ ਦਿੱਤਾ। ਸ਼ਰਮ ਦੀ ਮਾਰੀਆਂ ਬੱਚੀਆਂ ਸਾਡੀਆਂ ਬਲੂ ਤੇ ਯੈਲੋ ਕਲਰ ਦੇ ਸਾਈਕਲ ਤੇ ਚੜ੍ਹਦੀਆਂ ਨਹੀਂ। ਇਹੋ ਜਿਹੇ ਕੰਮ ਸਰਦਾਰ ਬਾਦਲ ਨੇ ਬਹੁਤ ਚੰਗੇ ਕੀਤੇ। ਬਾਦਲ ਪਰਿਵਾਰ ਚ ਕੋਈ ਪਸੰਦ ਹੈ ਤੁਹਾਨੂੰ? ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਹਰਸਿੰਘ ਬਾਦਲ, ਕੋਈ ਹੋ ਜਿਹੜਾ ਤੁਹਾਨੂੰ ਕੁਛ ਲੱਗਦਾ ਹੋਵੇ ਮੇਰੀ ਪਸੰਦ ਹੈ? ਮੇਰੀ ਕੋਈ ਦੁਸ਼ਮਣੀ ਨਹੀਂ ਹੈ, ਪਰ ਮੇਰੀ ਉਹਨਾਂ ਦੇ ਨਾਲ ਇਸ ਕਰਕੇ ਮੈਂ ਉਹਨਾਂ ਦੀ ਮੁਖਾਲਫਤ ਕਰਦਾ ਕਿ ਉਹਨਾਂ ਦੇ ਵਿਚਾਰ ਸਾਡੇ ਨਾਲ ਨਹੀਂ ਮਿਲਦੇ। ਉਹਨਾਂ ਨੇ ਪੰਜਾਬ ਨੂੰ ਡੋਬਣ ਦੀ ਗੱਲ ਕੀਤੀ, ਸਰਦਾਰ ਬਾਦਲ ਨੇ ਸੰਗਤ ਦਰਸ਼ਨ ਕਰ ਕਰਕੇ ਪੰਜਾਬ ਦਾ ਪੈਸਾ ਇੰਨਾ ਖਰਾਬ ਕੀਤਾ, ਆਪਦੇ ਚਹੇਤਿਆਂ ਨੂੰ 5-5, 7-7 ਕਰੋੜ ਰੁਪਇਆ ਵੰਡਿਆ, ਔਰ ਉਹਨਾਂ ਨੇ 50 ਲੱਖ ਰੁਪਇਆ ਵੀ ਨਹੀਂ ਲਾਇਆ। ਲੰਬੀ ਪਿੰਡ ਹੈ, ਤੁਸੀਂ ਇਹਨਾਂ ਪਿੰਡਾਂ ਦੇ ਗਰੀਬਾਂ ਦੇ ਹਾਲਾਤ ਵੇਖ ਲਓ, ਇਹਨਾਂ ਦੇ ਘਰ ਅਤੇ ਮਕਾਨ ਵੇਖ ਲਓ। 60 ਸਾਲ ਹੋ ਗਏ ਬਾਦਲ ਸਾਹਿਬ ਨੂੰ ਇੱਥੇ ਰਾਜਨੀਤੀ ਕਰਦਿਆਂ ਹੋਇਆਂ, ਸੋ ਕਿਸ ਤਰ੍ਹਾਂ ਦੇ ਹਾਲਾਤ ਹਨ ਤੁਸੀਂ ਜਾਣ ਸਕਦੇ। ਸੰਗਤ ਦਰਸ਼ਨ ਚ ਇੱਕ ਵਾਰੀ ਤੁਸੀਂ ਵਿਰੋਧ ਕੀਤਾ ਸੀਗਾ? ਮੈਂ ਤਾਂ ਇਸ ਕਰਕੇ ਵਿਰੋਧ ਕੀਤਾ ਸੀ ਕਿ ਬਾਦਲ ਸਾਹਿਬ, ਤੁਸੀਂ 18,000 ਪਿੰਡ ਹੈ ਪੰਜਾਬ ਦਾ,
ਕੀ ਤੁਸੀਂ ਹਰ ਪਿੰਡ ਚ ਜਾ ਸਕਦੇ ਹੋ? ਅਗਰ ਤੁਸੀਂ 18,000 ਪਿੰਡਾਂ ਚ ਜਾਓਗੇ ਤੇ ਤੁਹਾਨੂੰ ਘੱਟੋ ਘੱਟ 10 ਸਾਲ ਚਾਹੀਦੇ, ਹਰ ਰੋਜ਼ ਇੱਕ ਪਿੰਡ ਜਾਣਾ ਜਾਂ ਹਰ ਰੋਜ਼ 2-4 ਪਿੰਡ ਜਾਣੇ। 18,000 ਪਿੰਡ ਤੁਸੀਂ ਸੰਗਤ ਦਰਸ਼ਨ ਨਹੀਂ ਕਰ ਸਕਦੇ। ਤੁਸੀਂ ਜਾਣ ਬੁੱਝ ਕੇ ਜਲਾਲਾਬਾਦ, ਗਿੱਦੜਬਾਹਾ, ਮੁਕਤਸਰ ਤੇ ਬਠਿੰਡਾ ਸੰਗਤ ਦਰਸ਼ਨ ਕਰਦੇ ਹੋ ਤੇ ਪੰਜਾਬ ਦਾ ਪੈਸਾ ਇੱਥੇ ਲਟਾਉਂਦੇ ਹੋ। ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ, ਨਾ ਕਿ ਇਕੱਲੇ ਗਿੱਦੜਬਾਹਾ, ਮੁਕਤਸਰ, ਮਲੋਟ ਤੇ ਲੰਬੀ ਦੇ। ਤੁਸੀਂ ਪੈਸਾ ਖਰਾਬ ਨਾ ਕਰੋ ਇੱਥੇ ਚ ਆਪਦੇ ਚਹੇਤਿਆਂ ਨੂੰ ਪੈਸਾ ਉਹ ਪਏ ਬੈਂਚ, ਉਹ ਯੈਲੋ ਤੇ ਬਲੂ ਬੈਂਚ ਤੁਹਾਨੂੰ ਦਿਖਾਏ। ਸੋ ਪੈਸਾ ਖਰਾਬ ਨਾ ਕਰੋ, ਤੁਸੀਂ ਅਨਿਆਇ ਕਰ ਰਹੇ ਹੋ ਲੋਕਾਂ ਨਾਲ। ਜਾਂ ਤਾਂ ਫਿਰ 18,000 ਪਿੰਡਾਂ ਚ ਜਾਓ ਤੇ ਜਾਂ ਤੁਸੀਂ ਕਹੋ ਤੁਹਾਡੇ ਡੀਸੀ SSP ਕਿਸੇ ਕੰਮ ਦੇ ਨਹੀਂ, ਤੁਸੀਂ ਉਹਨਾਂ ਦੇ ਕੰਮ ਚ ਵੀ ਵਿਘਨ ਪਾਉਣੇ ਹੋ। ਸੋ ਇਸ ਕਰਕੇ ਮੈਂ ਸੰਗਤ ਦਰਸ਼ਨ ਦਾ ਵਿਰੋਧ ਕਰਦਾ ਸੀਗਾ। ਇਹੋ ਜਿਹੇ ਟੋਟਕੇ ਬਾਦਲ ਸਾਹਿਬ ਬਹੁਤ ਮਾਰਦੇ ਰਹਿੰਦੇ ਆ। ਮੈਂ ਵਿਧਾਨ ਸਭਾ ਚ ਮੁੱਦਾ ਉਠਾਇਆ ਸੀ, ਕਹਿੰਦੇ ਕਾਕਾ ਗਿੱਦੜਬਾਹਾ ਨੂੰ ਮੈਂ ਬਹੁਤ ਪਿਆਰ ਕਰਦਾ ਹੈ, ਤੂੰ ਮੇਰੇ ਪੋਤਰੇ ਵਰਗਾ। ਮੈਂ ਖੁਸ਼ ਤਾਂ ਹੋ ਗਿਆ ਬੜਾ। ਮੈਂ ਕਿਹਾ ਬਾਦਲ ਸਾਹਿਬ, ਕਹਿੰਦੇ ਵੀ ਬਲੈਂਕ ਚੈੱਕ ਲੱਗਦਾ, ਅੱਜ ਤਾਂ ਨਹੀਂ ਆਇਆ। ਮੁੱਖ ਮੰਤਰੀ ਪੰਜਾਬ ਹੋਵੇ, ਜਿਹੜੀ ਗੱਲ ਕਵੇ ਉਹਦੇ ਤੇ ਅਸਰ ਨਾ ਹੋਵੇ, ਦਿੰਦੇ ਬਲੈਂਕ ਚੈੱਕ। ਇੱਕ ਬਲੈਂਕ ਚੈੱਕ ਤਾਂ ਕੀ ਦੇਣਾ ਸੀ, ਕੋਈ 1-2 ਲੱਖ ਰੁਪਏ ਦਾ ਵੀ ਚੈੱਕ ਨਹੀਂ ਦਿੱਤਾ। ਤੁਸੀਂ ਦੇਖ ਰਹੇ ਹੋਗੇ ਉਹ ਸਾਹਮਣੇ ਦੇਖੋ ਸਾਡੇ ਪੋਸਟਰ ਪਾਟੇ, ਹੌਲੀ ਕਰਿਓ ਬਈ ਗੱਡੀ, ਉਸ ਕੰਧ ਤੇ ਪਰਲੇ ਪਾਸੇ ਉਹ ਸਾਰੇ, ਉਹ ਸਾਡੇ 3-4 ਪੋਸਟਰ। ਸੋ ਇੱਦਾਂ ਕੀਤਾ ਜਾਂਦਾ ਇੱਥੇ, ਇਹਨਾਂ ਦੀ ਗੁੰਡਾਗਰਦੀ ਹੈ। ਸਾਡੇ ਪੋਸਟਰਾਂ ਨੂੰ ਵੀ ਇਹਨਾਂ ਨੂੰ ਲੱਗਦਾ ਕਿ ਲੱਗਣ ਨਾ ਦਿੱਤੇ ਜਾਣ, ਪਰ ਕੋਈ ਗੱਲ ਨਹੀਂ, ਜਦੋਂ ਇਹੋ ਜਿਹੀਆਂ ਹਰਕਤਾਂ ਦੇ ਬੰਦਾ ਆ ਜਾਏ ਸਮਝ ਲਓ ਵੀ ਕੰਮ ਠੀਕ ਹੈ। ਕਾਂਗਰਸ ਰਾਜਵੜਿੰਗ ਦੇ ਨਾਲ ਖੜੀ ਹੈ, ਕੋਈ ਭੁਲੇਖਾ ਹੈ? ਕੋਈ ਭੁਲੇਖਾ ਵੀ ਕਾਂਗਰਸ ਪਾਰਟੀ ਖੜੀ ਹੈ? ਕਾਂਗਰਸ ਪਾਰਟੀ ਨੇ ਆਪਦੀ ਜਾਨ ਲਾ ਰੱਖੀ ਹੈ। ਔਰ ਕੱਲ ਸ਼੍ਰੀਮਤੀ ਪ੍ਰਿਯੰਕਾ ਗਾਂਧੀ ਜੀ ਆ ਰਹੇ ਨੇ ਮੇਰੇ ਲਈ ਵੋਟ ਮੰਗਣ ਵਾਸਤੇ। ਇਹ ਤੋਂ ਵੱਡੀ ਕੀ ਗੱਲ ਹੋ ਸਕਦੀ ਹੈ ਸਾਡੇ ਵਾਸਤੇ? ਪੂਰੀ ਦੀ ਪੂਰੀ ਕਾਂਗਰਸ ਪਾਰਟੀ ਛਟਾਂਗ ਵਾਂਗ ਖੜੀ। ਅਮਰਿੰਦਰ ਸਿੰਘ ਰਾਜਾਪਟਿੰਗ ਨੂੰ ਹੁਣ ਵਕਤ ਨਹੀਂ ਮਿਲਦਾ ਹੋਊਗਾ, ਮੈਂ ਕੁਛ ਆਖਰੀ ਸਵਾਲਾਂ ਵੱਲ ਆ ਰਿਹਾ, ਵਕਤ ਨਹੀਂ ਮਿਲਦਾ ਹੋਊਗਾ। ਰਾਜਾਪਟਿੰਗ ਨੂੰ ਸ਼ੌਂਕ ਹੈ ਫਿਲਮ ਦੇਖਣ ਦਾ, ਖੇਡਣ ਦਾ? ਸ਼ੌਂਕ ਹੁੰਦਾ ਸੀ ਯਾਰ, ਹੁਣ ਬਿਲਕੁਲ ਸ਼ੌਂਕ ਨਹੀਂ ਰਿਹਾ। ਪਹਿਲਾਂ ਮੈਂ ਮਿਊਜ਼ਿਕ ਸੁਣ ਲੈਂਦਾ ਸੀ, ਖੇਡ ਲੈਂਦਾ ਸੀ ਆਪਦੇ ਦੋਸਤਾਂ ਨਾਲ, ਮੈਨੂੰ ਫੁੱਟਬਾਲ ਪਲੇਅਰ ਸੀਗਾ। ਹੁਣ ਸਾਈਕਲਿੰਗ ਕਰ ਲੈਂਦਾ ਕਦੇ ਕਦੇ, ਅੱਗੇ ਰਨਿੰਗ ਕਰ ਲੈਂਦਾ, ਸਾਈਕਲਿੰਗ ਕਰ ਲੈਂਦਾ, ਜਿਮ ਚਲਾ ਜਾਂਦਾ, ਬਟ ਬਹੁਤ ਥੋੜ੍ਹਾ ਸਮਾਂ ਮਿਲਦਾ ਹੁਣ, ਕਿਉਂਕਿ ਜੀਵਨ ਦੀਆਂ ਹੋਰ ਦਿੱਕਤਾਂ ਬੜੀਆਂ। ਲੋਕਾਂ ਦੇ ਪ੍ਰਤੀ ਅਗਰ ਤੁਸੀਂ ਵਫ਼ਾਦਾਰ ਹੋ ਤਾਂ ਤੁਹਾਨੂੰ ਆਪਦੇ ਲਈ ਤੁਹਾਡੇ ਵਾਸਤੇ ਤੁਹਾਨੂੰ ਸਮਾਂ ਨਹੀਂ ਨਿਕਲਦਾ। ਸੁਬਹਾ ਤੋਂ ਲੈ ਕੇ ਸ਼ਾਮ ਤੱਕ ਇਹ ਫੁੱਲ ਟਾਈਮ ਜੋਬ ਹੈ, ਇਹ ਪਾਰਟ ਟਾਈਮ ਨਹੀਂ ਹੋ ਸਕਦਾ। ਲਾਸਟ ਟਾਈਮ ਕਦੋਂ ਖੇਡੇ ਸੀ? ਲਾਸਟ ਟਾਈਮ ਹੋ ਗਿਆ ਹੋਣਾ ਮੇਰਾ ਖਿਆਲ 6-7 ਮਹੀਨੇ। ਤੇ ਮੂਵੀ ਲਾਸਟ ਕਿਹੜੀ ਦੇਖੀ? ਯਾਦ ਨਹੀਂ ਹੈ ਯਾਰ, ਅੱਜ ਤਾਂ ਬਿਲਕੁਲ ਨਹੀਂ ਯਾਦ, ਨੀਂਦਰ ਵਿੱਚ ਹੈ, ਕਾਫੀ ਦਿਨਾਂ ਦਾ 2 ਘੰਟੇ ਸੌ ਰਹੇ। ਪਰ ਮੇਰਾ ਖਿਆਲ ਮੂਵੀ ਦੇਖੀ ਨੂੰ ਹੋ ਗਏ ਹੋਣੇ 5-6 ਮਹੀਨੇ ਉਹ ਤਕਰੀਬਨ। ਨਤੀਜਾ ਕੋਈ ਵੀ ਹੋਵੇ, ਇਸ ਤੋਂ ਬਾਅਦ ਰਿਲੈਕਸ ਹੋਣ ਲਈ ਰਾਜਾ ਬੜੇ ਨੇ ਕੀ ਕਰਨਾ? ਪਹਿਲਾਂ ਤਾਂ ਲੋਕਾਂ ਦਾ ਧੰਨਵਾਦ ਕਰਾਂਗੇ। ਰਿਲੈਕਸ ਕੀ ਹੋਣਾ ਹੈ, ਬਸ ਲੋਕ ਆ ਕੇ ਜੱਫੀਆਂ ਪਾਉਣਗੇ, ਮਿਲਣਗੇ ਤੇ ਰਿਲੈਕਸ ਹੋ ਜਾਵਾਂਗੇ। ਰਿਲੈਕਸ ਹੋਣ ਲਈ ਕਿਤੇ ਜਾਣ ਦੀ ਲੋੜ ਨਹੀਂ ਹੈ। ਕਿਤੇ ਘੁੰਮਣ ਜਾਣਾ ਹੋਵੇ, ਕੋਈ ਮੂਵੀ ਪਲਾਨ ਕਰਨੀ ਹੋਵੇ, ਕੋਈ ਫੈਮਿਲੀ ਨਾਲ ਟ੍ਰਿਪ ਤੇ ਜਾਣਾ ਹੋਵੇ, ਹਜੇ ਤੱਕ ਕੋਈ ਐਸਾ ਪਲਾਨ ਨਹੀਂ। ਹਜੇ ਤੱਕ ਤਾਂ ਨਿਸ਼ਾਨਾ ਇੱਕ ਹੀ ਹੈ। ਅਰਜੁਨ ਨੂੰ ਕਿਸੇ ਨੇ ਪੁੱਛਿਆ ਸੀ ਵੀ ਕੀ ਦੇਖ ਰਿਹਾ, ਉਹ ਕਹਿੰਦਾ ਕਿ ਮੈਨੂੰ ਮੱਛੀ ਦੀ ਅੱਖ ਦਿਖਾਈ ਦੇ ਰਹੀ, ਹਜੇ ਤਾਂ ਮੈਨੂੰ ਮੇਰਾ ਨਿਸ਼ਾਨਾ ਦਿਖਾਈ ਦੇ ਰਿਹਾ। ਹਜੇ ਕਿਤੇ ਕੋਈ ਐਸੀ ਪਲਾਨ ਨਹੀਂ ਕੀਤਾ ਕਿ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ। ਚਲੋ ਅਮਰਿੰਦਰ ਸਿੰਘ ਰਾਜਾਪਟਿੰਗ, ਤੁਸੀਂ ਵਕਤ ਕੱਢਿਆ ਆਪਣੇ ਮਸਰੂਫੀਅਤ ਭਰੇ ਸਮੇਂ ਦੇ ਵਿੱਚੋਂ। ਜੋ ਤੁਸੀਂ ਨਿਸ਼ਾਨਾ ਮਿੱਥਿਆ ਹੈਗਾ ਇਹ ਬਠਿੰਡੇ ਦੀ ਜਨਤਾ ਨੇ ਫੈਸਲਾ ਕਰਨਾ, ਪਰ ਗਿੱਦੜਬਾਹਾ ਦੇ ਲੋਕ ਇਹ ਕਹਿੰਦੇ ਪਏ ਹੈਗੇ ਆ ਜੇ ਰਾਜਾ ਸਾਡੇ ਕੋਲ ਚਲਾ ਗਿਆ ਤਾਂ ਸਾਡੇ ਕੋਲ ਕੀ ਰਹਿ ਜਾਊਗਾ? ਮੈਂ ਗਿੱਦੜਬਾਹਾ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਰਾਜਾ ਤੁਹਾਡੇ ਕੋਲੋਂ ਕਦੇ ਨਹੀਂ ਜਾਏਗਾ। ਤੁਸੀਂ ਰਾਜੇ ਨੂੰ ਹਮੇਸ਼ਾ ਆਪਦੇ ਦਿਲ ਦੇ ਨੇੜੇ ਮਹਿਸੂਸ ਕਰੋਗੇ, ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ। ਰਾਜਾ ਤੇ ਰਾਜੇ ਦਾ ਪਰਿਵਾਰ ਹਮੇਸ਼ਾ ਤੁਹਾਡੇ ਨਾਲ ਤੇ ਤੁਹਾਡੀ ਸੇਵਾ ਕਰਦਾ ਰਹੇਗਾ। ਬਹੁਤ ਧੰਨਵਾਦ ਅਮਰਿੰਦਰ ਸਿੰਘ ਰਾਜਾ, ਬਹੁਤ ਮਿਹਰਬਾਨੀ, ਤੁਸੀਂ ਲੋਕਾਂ ਦੇ ਰੂਬਰੂ ਸਾਨੂੰ ਕਰਾਇਆ, ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸ਼ੁਕਰੀਆ। ਇਹ ਸਨ ਅਮਰਿੰਦਰ ਸਿੰਘ ਰਾਜਾ ਵੜਿੰਗ, ਜਿਨ੍ਹਾਂ ਨੇ ਆਪਣੇ ਕੀਮਤੀ ਵਕਤ ਦੇ ਵਿੱਚੋਂ ਵਕਤ ਦਿੱਤਾ ਹੈਗਾ। ਪਰ ਇਸ ਵਕਤ ਦੇ ਵਲਵਲਿਆਂ ਦੇ ਵਿੱਚੋਂ ਵਕਤ ਕਿਹੜਾ ਇੰਤਜ਼ਾਰ ਕਰ ਰਿਹਾ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ, ਇਹ ਇੱਕ ਵੱਡਾ ਸਵਾਲ ਹੈਗਾ। ਇਹ ਉਹ ਸਵਾਲ ਹੈਗਾ ਜਿਸ ਦੇ ਨਤੀਜੇ EVM ਤੈਅ ਕਰੇਗੀ, ਬਠਿੰਡੇ ਦੀ ਜਨਤਾ ਤੈਅ ਕਰੇਗੀ, ਬਠਿੰਡੇ ਦੇ ਵੋਟਰ ਤੈਅ ਕਰਨਗੇ। ਪਰ ਮੁਕਾਬਲਾ ਸਖ਼ਤ ਹੈ, ਇਹ ਰੇਤ ਦੇ ਟਿੱਬਿਆਂ ਤੇ ਮੁਕਾਬਲਾ ਹੋ ਰਿਹਾ। ਪਤਾ ਨਹੀਂ ਰੇਤ ਕਿੰਨੇ ਭਾਗਾਂ ਵਿੱਚ ਮੋਤੀ ਲੈ ਕੇ ਆਵੇਗੀ, ਕਿੰਨੇ ਭਾਗਾਂ ਵਿੱਚ ਸਿੱਪੀ ਲੈ ਕੇ ਆਵੇਗੀ। ਪਰ ਫਿਲਹਾਲ ਬਠਿੰਡੇ ਦੀ ਇਹ ਸਰਜਮੀ ਤੇ ਰੇਤਾ ਉੱਡਦੀ ਪਈ ਹੈ, ਸਿਆਸੀ ਰੇਤਾ, ਪਤਾ ਨਹੀਂ ਕਿੰਨੀ ਠੰਡੀ ਹੈ ਤੇ ਕਿੰਨੀ ਤੱਤੀ ਹੈ। ਤੇ ਕਿਸੇ ਹੋਰ ਹਸਤੀ ਦੇ ਨਾਲ, ਕਿਸੇ ਹੋਰ ਸ਼ਖਸੀਅਤ ਦੇ ਨਾਲ ਫਿਰ ਮੁਲਾਕਾਤ ਹੋਵੇਗੀ। ਅੱਜ ਲਈ ਧੰਨਵਾਦ।